ਮਿਲਦੀ ਹੈ ਤੇ ਫਿਰ ਤਿੰਨ ਟਾਈਮ ਰੋਟੀ ਖਾਣ ਡਿਆ, ਉਹਨਾਂ ਦਾ ਕਿਹਨੇ ਖਿਆਲ ਰੱਖਣਾ? ਕਿਸੇ ਦਾ ਬੱਚਾ ਚੁੱਕ ਕੇ ਘਰੇ ਲਿਆ ਕੇ ਰੋਟੀ ਮਸਲਾ ਮੁੱਕ ਜਾਂਦੀ ਯਾਰ, ਕੱਪੜੇ ਚ ਕੱਪੜੇ ਪਾਏ, ਸਿਆਣਾ ਪੈਣਾ ਵੀਰ ਤੂੰ ਹੈਗਾ, ਫਿਰ ਉਹੀ ਗੱਲਾਂ ਨਿਆਣੇ ਵਾਲੀਆਂ ਯਾਰ। ਕੋਈ ਗੱਲ ਨਹੀਂ, ਅਕਾਲ ਪੁਰਖ ਵੇਖਣ ਡਿਆ ਨਾ ਉੱਤੇ, ਮੈਂ ਇਹ ਗੱਲ ਕੀਤੀ ਗੱਲ ਕਾ ਜੇ ਤੁਸੀਂ ਕਹਿੰਦੇ ਮੈਂ ਦੇਣਾ ਨਹੀਂ ਆ, ਖੜਨਾ ਵੀ ਹੁੰਦਾ ਵੀ ਜੀ। ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੀ, ਬੱਚੇ ਦਾ ਪਰਿਵਾਰ ਲੱਭਣ ਵਾਸਤੇ ਜਾਂਦੇ, ਕਿਉਂਕਿ ਕੰਮ ਛੋਟੇ ਬੱਚੇ ਕਰਨਗੇ ਸਹੀ ਰਹਿਣਗੇ, ਪਰ ਤੁਸੀਂ ਦੇ ਸਕਦੇ ਹੋ ਇਦਾਂ ਹੀ ਸਾਰਾ ਦਿਨ ਇਹਨੇ ਗੋਵਾ ਚੁੱਕਣਾ। ਗੱਲ ਕਰ ਜੋ ਜਿੱਦ ਕਰਨੀ ਭਾਜੀ, ਇਦਾਂ ਨਹੀਂ ਵੱਡੇ ਭਾਈ, ਤੁਹਾਡੇ ਘਰ ਚ ਆਇਆ ਦਰਦੇ ਤੁਸੀਂ ਮਾਰੋ ਫਿਰ ਉਹ ਗੱਲ। ਸੋ ਕਹਿੰਦੇ ਪੁੱਤ ਬਣਾ ਕੇ ਰੱਖਿਆ ਪਰ ਪਲਾਸਟਿਕ ਦੇ ਬੂਟਾਂ ਦੇ ਵਿੱਚ ਬੱਚੇ ਦੇ ਪੈਰ ਤੱਕ ਗਲ ਚੁੱਕੇ ਸੀ ਜੀ। ਨਾ ਲਾਵੇ ਵੀਰ, ਹਾਂਜੀ ਲਵਪ੍ਰੀਤ, ਲਵਪ੍ਰੀਤ ਸਿੰਘ, ਹਾਂਜੀ ਪਿਤਾ ਜੀ ਦਾ ਨਾਮ ਜਗਿੰਦਰ ਸਿੰਘ। ਜਗਿੰਦਰ ਸਿੰਘ ਵੀਰੇ ਵੇਖੋ ਪਤਾ ਗੱਲ, ਕੀ ਹਾਲ ਵੀਰੇ, ਹਵੇਲੀ ਨੂੰ ਰਸਤਾ ਆ ਜਾਂਦਾ? ਤੁਹਾਡੇ ਕੋਲ ਬੱਚਾ ਇੱਕ ਵੀਰੇ ਛੋਟਾ? ਲਵ ਦਾ ਘਰ ਇਹੀ ਆ ਨਾ? ਲਵ ਵੀਰ ਕਿੱਥੇ ਆ, ਮਾਰੀ ਆਵਾਜ਼। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇੱਥੋਂ ਇੱਕ ਛੋਟੇ ਬੱਚੇ ਦੀ ਇਤਲਾਹ ਮਿਲੀ ਸੀ ਜੀ, ਪਿੰਡ ਭੂਰੇ ਗਿੱਲ ਆ ਜੀ, ਉਹ ਵੀਰ ਨੂੰ ਲਿਆਓ ਨਾ ਨਾਲ। ਉਹ ਛੋਟੂ ਵੀਰੇ, ਮੁੰਡਾ ਇੱਥੇ ਛੋਟਾ ਬੱਚਾ ਹੈ, ਇੱਥੇ ਹੀ ਆ ਵੀਰੇ, ਆਈ ਪੁੱਤ ਆ, ਆ ਮੇਰਾ ਸੋਹਣਾ। ਉਹ ਵਾਹਿਗੁਰੂ ਵਾਹਿਗੁਰੂ, ਤੁਹਾਨੂੰ ਗੁਰੂ ਸੱਚਾ ਪੁੱਤ, ਅਸੀਂ ਡਰੀ ਨਾ ਤੈਨੂੰ ਛਡਾਉਣ ਆਏ ਹਾਂ, ਤੂੰ ਮੰਮੀ ਆਪਣੀ ਕੋਲ ਜਾਣਾ ਨਾ, ਅਸੀਂ ਰਾਜਪੁਰੇ ਤੋਂ ਆਏ ਪੁੱਤ, ਰਾਜਪੁਰੇ ਤੋਂ ਆਏ, ਤੈਨੂੰ ਲੱਭਦੇ ਲੱਭਦੇ, ਡਰਨਾ ਨਹੀਂ, ਤੈਨੂੰ ਲੱਭਣ ਵਾਸਤੇ ਡਰਨਾ ਨਹੀਂ, ਇਹ ਜਿੰਨੇ ਵੀਰ ਆਏ ਨਾ ਤੈਨੂੰ ਛਡਾਉਣ ਵਾਸਤੇ ਆਏ ਆ, ਲੈਣ ਵਾਸਤੇ ਆਏ ਆ, ਠੀਕ ਆ? ਮੇਰੀ ਗੱਲ ਸੁਣੋ ਨਾ, ਮੈਂ ਤੈਨੂੰ ਕਈ ਵਾਰ ਪੁੱਛਿਆ, ਮੈਂ ਘਰ ਬੂਹਾ ਹੈਗਾ, ਦੱਸ ਦਿੰਦਾ ਮੇਰਾ ਕੋਈ ਨੀ ਹੈਗਾ, ਮੇਰੇ ਕੋਲ ਬੰਦਾ ਵੀ ਛੱਡ ਕੇ ਗਿਆ, ਮੈਂ ਤੂੰ ਰਹੀ ਜਾ, ਵੇਖੋ ਮੈਂ ਕੋਈ ਮਾੜਾ ਰੱਖਿਆ? ਤੁਹਾਡਾ ਨਾਮ ਲਾਵੇ ਵੀਰੇ? ਹਾਂਜੀ ਲਵਪ੍ਰੀਤ, ਲਵਪ੍ਰੀਤ ਸਿੰਘ, ਹਾਂਜੀ ਪਿਤਾ ਜੀ ਦਾ ਨਾਮ ਜਗਿੰਦਰ ਸਿੰਘ। ਜਗਿੰਦਰ ਸਿੰਘ ਸੰਗਤ ਨੇ ਵੀ ਸਾਨੂੰ ਵੇਖਣਾ ਸੀ ਆਪ ਕਿਉਂ ਆਇਆ ਕਿ ਨਹੀਂ, ਤੂੰ ਸਾਡਾ ਪਹਿਲਾਂ ਭਰਾ ਆ, ਪਰ ਇਹ ਯਾਰ ਕਿਸੇ ਮਾਂ ਦਾ ਪੁੱਤ ਆ ਯਾਰ। ਮੈਂ ਵੀਰ ਜੀ ਨੂੰ ਪੁੱਛੋ ਮੈਨੂੰ ਕਿੰਨੀ ਵਾਰ ਪੁੱਛਿਆ, ਮੇਰਾ ਮੇਰੇ ਦੱਸੋ ਮੈਨੂੰ ਪਤਾ ਕਿੰਨੇ ਦੱਸਿਆ, ਪੁੱਛ ਲਓ ਮੂੰਹ ਤੇ, ਮੈਂ ਝੂਠ ਬੋਲਦਾ, ਸਾਡੇ ਕੋਲ ਸਾਰੀ ਡਿਟੇਲ ਆ ਕਿੱਦਾਂ ਤੇਰੇ ਕੋਲ ਆਇਆ, ਜਦੋਂ ਝੂਠ ਬੋਲੇਗਾ ਫਿਰ ਪ੍ਰਸ਼ਾਸਨ ਨੂੰ ਪਤਾ ਪਊਗਾ। ਮੈਂ ਤਾਂ ਖੋਲਣਾ ਇਹਨੂੰ ਵੀ, ਮੇਰੇ ਕੋਲ ਇੱਕ ਬੰਦਾ ਆਇਆ ਸੀ, ਠੀਕ ਹੈ, ਮੇਰੇ ਚਾਚੂ ਸਰੀਕੇ ਲੱਗਦਾ ਵਾ, ਉਹ ਹੈ ਤਾਂ ਮੈਨੂੰ ਉਹਨਾਂ ਅੰਮ੍ਰਿਤ ਚਾਚੇ ਦਾ ਮੁੰਡਾ ਲਿਆ ਤੇਰਾ, ਬੱਤਾ ਉਹਦਾ ਨਾਂ ਆ, ਹਾਂ ਬੱਤਾ ਨਾਂ, ਬੱਤਾ ਉਹਦਾ ਨਾਂ, ਮੈਨੂੰ ਛੱਡ ਕੇ ਗਿਆ, ਅਸੀਂ ਸਾਰਾ ਕੁਝ ਚੈੱਕ ਕਰਕੇ ਆਏ ਆ ਵੀਰੇ, ਇੱਕ ਮਹੀਨੇ ਤੋਂ ਇਹਨੂੰ ਟਰੇਸ ਕਰਨ ਡਏ ਆ, ਇਹ ਕਿੱਦਾਂ ਆਇਆ ਟਰੱਕ ਤੇ, ਉਹਨੇ ਕਿੱਥੋਂ ਇਹਨੂੰ ਚੱਕਿਆ, ਉਹਦਾ ਜਿਹੜਾ ਲੈ ਕੇ ਆਇਆ ਉਹਦਾ ਨਾਂ ਕੀ ਆ, ਤੇਰੇ ਕੋਲ ਇਹਨੂੰ ਕਿੰਨਾ ਚਿਰ ਹੋ ਗਿਆ ਆ, ਤੇਰਾ ਨਾਂ, ਤੇਰੇ ਫਾਦਰ ਸਾਹਿਬ ਦਾ ਨਾਮ, ਉਹ ਇਸ ਦੁਨੀਆ ਤੋਂ ਕਦੋਂ ਗਏ ਆ, ਸਾਰੀ ਜਾਣਕਾਰੀ ਲੈ ਕੇ ਆਇਆ, ਐਵੇਂ ਕਿਸੇ ਦੇ ਘਰ ਅਸੀਂ ਨਹੀਂ ਜਾ ਸਕਦੇ। ਪੁੱਤ ਤੈਨੂੰ ਨਾ ਤੈਨੂੰ ਘਰੇ ਭੇਜਣਾ, ਤੇਰਾ ਨਾਂ ਕੀ ਆ ਮੇਰੇ ਪੁੱਤ ਦਾ? ਗੌਰਵ। ਗੌਰਵ, ਗੌਰਵ ਪਿਤਾ ਦਾ ਕੀ ਨਾਂ? ਪਿਤਾ ਦਾ ਕੀ ਨਾਂ? ਤੇਰੇ ਭਾਪੇ ਦਾ ਕੀ ਨਾਂ? ਰਾਜੇਸ਼ ਕੁਮਾਰ। ਰਾਜੇਸ਼ ਕੁਮਾਰ, ਤੇਰਾ ਸ਼ਹਿਰ ਕਿਹੜਾ, ਪਿੰਡ ਕਿਹੜਾ ਤੇਰਾ? ਅਮੇਠੀ। ਅਮੇਠੀ ਜਿਹੜਾ ਵੱਡਾ ਸ਼ਹਿਰ ਹੈ ਯੂਪੀ ਦਾ, ਹਾਂਜੀ, ਉਹ ਪਿੰਡ ਤੇਰਾ? ਤੇ ਰਾਜਪੁਰੇ ਕਿਹੜੀ ਜਗ੍ਹਾ ਰਹਿੰਦੇ ਤੁਸੀਂ? ਰਾਜਪੁਰੇ, ਰਾਜਪੁਰਾ ਆ ਜਦ ਸਟੇਸ਼ਨ ਟ੍ਰੇਨ ਤੋਂ ਨਹੀਂ ਲੰਘੀ, ਹਾਂ ਹਾਂ, ਤਦੇ ਇੱਕ ਰਾਜਪੁਰਾ ਜਿਹਾ ਆਉਂਦਾ ਉਹ ਘਰ ਮੇਰਾ। ਅੱਛਾ, ਰਾਜਪੁਰਾ ਟ੍ਰੇਨ ਜਿੱਥੇ, ਉੱਥੇ ਤੇਰੇ ਮੰਮੀ ਪਾਪਾ ਕਿਰਾਏ ਤੇ ਰਹਿੰਦੇ ਆ? ਹਾਂ, ਬਾਬਾ ਨਹੀਂ ਹੈਗਾ, ਮੇਰੀ ਮੰਮੀ ਹੈਗੀ। ਮੰਮੀ ਕਿਰਾਏ ਤੇ ਰਹਿੰਦੀ ਆ? ਹਾਂਜੀ। ਤੇ ਰਾਜਪੁਰੇ ਦੇ ਲਾਗੇ ਪੁੱਤ ਇੱਕ ਸਕੂਲ ਆ ਤੇਰਾ, ਮੈਨੂੰ ਪਤਾ ਲੱਗਾ ਆ, ਉਹ ਸਕੂਲ ਦੇ ਲਾਗੇ ਘਰ, ਉਹ ਸਕੂਲ ਦਾ ਕੀ ਨਾਂ ਆ? ਸੀਐਮ ਪਬਲਿਕ ਸਕੂਲ। ਤੂੰ ਵੀਰੇ ਕਹਿੰਦਾ ਮੈਂ ਐਡਰੈਸ ਪੁੱਛਿਆ,
ਸਾਡੇ ਕੋਲ ਬੱਚਾ ਇਦਾਂ ਕੋਈ ਛੱਡ ਗਿਆ ਵਾ, ਕੋਈ ਆਣ ਕੇ ਲੈ ਜੇ। 4 ਕਿਲੋਮੀਟਰ ਇੱਥੋਂ ਚੌਂਕੀ ਆ, ਥਾਣਾ ਰਮਦਾਸ ਹੈ, ਉੱਥੇ ਤੁਸੀਂ ਤਲਾਹ ਦਿੱਤੀ ਬੱਚੇ ਨੂੰ ਰੱਖਣ ਦਾ, ਆਪਾਂ ਨੂੰ ਕਾਨੂੰਨ ਦਾ ਪਤਾ ਆ? ਨਹੀਂ ਕਾਨੂੰਨ ਸਾਰਾ, ਫਿਰ ਉਹ ਫਿਰ ਟਰੱਕ ਤੇ ਕਿਡਨੈਪ ਕਰਕੇ ਲਿਆਇਆ, ਉਹਦੇ ਨਾਲ ਨਾਲ ਤੂੰ ਵੀ ਫਸਦਾ ਵੀਰ। ਸਰ ਮੈਂ ਤਾਂ ਉਹਨੂੰ ਸੱਦੀ, ਉਹਨੂੰ ਤਾਂ ਉਹਨੂੰ ਪੁੱਛੇ ਮੈਨੂੰ ਆਉਂਦਾ ਹੋਊਗਾ ਕਿ ਮੈਨੂੰ ਆਉਂਦਾ? ਅਸਾਂ ਨੂੰ ਸਾਰਾ, ਮੇਰੇ ਕੋਲ ਸਾਰਾ ਨੰਬਰ ਨਹੀਂ, ਉਹ ਤਾਂ ਹੈ ਹੀ ਨਹੀਂ ਇੱਥੇ। ਸਰ ਉਹਦੇ ਮੇਰੇ ਕੋਲ, ਮੇਰੇ ਮੈਂ ਕੋਲ 20,000 ਰੁਪਇਆ ਲੈਣਾ, ਮੇਰਾ ਆਪਣਾ ਮੈਂ ਕਹਿੰਦਾ 20,000, ਉਹਨੇ ਤੁਹਾਡੇ ਕੋਲ ਪੈਸਾ ਲਿਆ ਕੋਈ ਨੂੰ ਦੇਣ ਦਾ? ਸੱਚ ਦੱਸੀ ਮੇਰਾ ਭਰਾ, ਅੱਜ ਮਾਲਕ ਨੂੰ ਜੇ ਹਾਜ਼ਰ ਨਾ ਜਾਣਾ, ਇਹਦਾ ਨਹੀਂ ਕੋਈ ਲਿਆ ਉਹਦਾ, ਮੇਰੇ ਕੋਲ ਉਹਨੇ ਮੇਰੇ ਕੋਲ 20,000 ਰੁਪਇਆ ਲੈਣਾ, ਉਹਨਾਂ ਥਾਂ ਉਹਦਾ ਇੱਥੇ, ਮੈਂ ਤਾਂ ਥਾਂ ਲੈਣਾ ਸੀ, ਉਹ ਮੇਰੇ ਕੋਲ 20,000 ਰੁਪਇਆ ਲੈ ਗਿਆ ਥਾਂ ਦਾ, ਉਹ ਥਾਂ ਕਿ ਹੋਰ ਨੂੰ ਵੇਚ ਗਿਆ, ਮੈਂ ਤੁਹਾਨੂੰ ਆਹ ਲੱਭਣ ਡਿਆ ਵਾਂ ਵੀ ਥਾਂ ਵੀ ਹੋਰ ਕਿਨੂੰ ਵੇਚ ਗਿਆ ਤੇ ਮੇਰੇ ਕੋਲ ਪੈਸੇ ਲੈ ਗਿਆ ਨਹੀਂ, ਪਹਿਲੀ ਗੱਲ ਮੈਂ ਕਿਤੇ ਵੀ ਵੱਡੇ ਭਾਜੀ ਕਿਹਾ ਕਿ ਤੂੰ ਇਹਨੂੰ ਚਪੇੜ ਮਾਰੀ ਆ? ਨਹੀਂ ਨਹੀਂ, ਮਤਲਬ ਛੋਟੇ ਬੱਚੇ ਦਾ ਕਮ ਸੇ ਕਮ ਆਪਦੇ ਬੱਚੇ ਵੱਲ, ਤੁਹਾਡੀ ਵਾਈਫ ਸਾਡੀ ਭੈਣ ਜੇ ਆਪਣੇ ਬੱਚੇ ਨੂੰ ਪਿਆਰ ਕਰਦੀ ਵਹਿੰਦੀ ਹੋਊਗੀ, ਕਮ ਸੇ ਕਮ ਉਹੀ ਸੋਚ ਲੈਂਦੀ ਕਿ ਇਹ ਵੀ ਕਿਸੇ ਦਾ ਪੁੱਤ ਹੈ। ਭੈਣੇ ਆ ਜਿਹੜੇ ਕੱਪੜੇ ਆ ਪਿਛਲੇ ਪਤਾ ਨੀ ਕਿੰਨੇ ਚਿਰ ਤੋਂ ਪਾਏ ਹੋਏ ਉਹਨੇ, ਮੈਂ ਉਹ ਨੀ ਕੱਪੜਿਆਂ ਦੀ ਗੱਲ ਭੈਣੇ ਤੇਰੇ ਇੱਕ ਮਿੰਟ ਭੈਣੇ, ਤੁਹਾਨੂੰ ਕੈਮਰੇ 'ਚ ਤਾਂ ਲਿਆ ਨੀ ਸਕਦੇ, ਤੂੰ ਮੇਰੀ ਭੈਣ ਕਹਿੰਦੀ ਆ ਠੀਕ ਆ, ਜੇ ਤੇਰੇ ਬੱਚਾ ਗਵਾਚ ਜੇ, ਜੇ ਉਹਨੂੰ ਜਦੋਂ ਆਪਾਂ ਨੂੰ ਮਿਲੂਗਾ ਆਪਾਂ ਨੂੰ ਕਵਾਂਗੇ ਅਸੀਂ ਇਹਨੂੰ ਕੱਪੜੇ ਦੇ ਰਹੇ ਹਾਂ, ਅਸੀਂ ਇਹਨੂੰ ਰੋਟੀ ਦੇਣ ਡੇ ਹਾਂ, ਕੀ ਤੁਸੀਂ ਉਸ ਇਨਸਾਨ ਨੂੰ ਬਖਸ਼ੋਗੇ ਕਿ ਤੁਹਾਡਾ ਕੋਈ ਪੁੱਤ ਲੈ ਜੇ ਚੁੱਕ ਕੇ? ਸਾਰੇ ਤੁਹਾਡੀ ਬਿਲਕੁਲ ਗੱਲ ਸਹੀ ਹੈ, ਬਾਕੀ ਤੁਹਾਡਾ ਪੁੱਤ ਤੁਹਾਨੂੰ ਤੁਸੀਂ ਇੱਥੇ ਲੱਭ ਰਹੇ ਹੋ, ਸਾਲ ਬਾਅਦ ਤੁਹਾਡਾ ਪੁੱਤ ਮਿਲੇ, ਜਿੱਦਾਂ ਅਸੀਂ ਆਪ ਰਹਿੰਦੇ ਉਦਾਂ ਹੀ ਰੱਖਿਆ। ਬਹੁ ਜੇ ਇਹ ਬੱਚੇ ਦੀ ਉਮਰ ਹੈਗੀ ਗੋਵਾ ਚੁੱਕਣ ਦੀ, ਯਾਰ ਰੱਖਿਆ ਵੀ ਰਾਜਪੁਰ, ਇਹ ਮੇਰਾ ਰਾਜਪੁਰ ਦਾ ਸ਼ਹਿਰ ਆ, ਇਹਨੇ ਕਿਹਾ ਮੇਰਾ ਮਾਂ ਪਿਓ ਨਹੀਂ ਹੈਗਾ, ਪਤਾ ਗੱਲ ਕੀ, ਐਵੇਂ ਜਿੱਦੀ ਜਾਣਾ ਤੁਸੀਂ ਇਹ ਦੱਸੋ ਮੈਨੂੰ, ਇਹ ਮਾਰੋ ਕੈਮਰਾ ਵੀ ਜੀ ਇੱਕ ਵਾਰੀ, ਕਿਉਂਕਿ ਘਰ ਲੱਭਣਾ ਵੀ ਸੰਗਤ ਜੀ ਬਹੁਤ ਜ਼ਰੂਰੀ ਆ। ਵੈਸੇ ਤਾਂ ਰਾਜਪੁਰੇ ਕਾਫੀ ਐਡਰੈਸ ਅਸੀਂ ਟਰੇਸ ਕਰ ਲਿਆ ਆ, ਚੰਡੀਗੜ੍ਹ ਤੋਂ ਜਿਹੜੇ ਸਾਡੇ ਟੀਮ ਮੈਂਬਰ ਨੇ, ਜਿਹੜੇ ਉੱਚ ਅਧਿਕਾਰੀ ਆ ਜੀ, ਉਹ ਵੀਰਾਂ ਨੇ ਜਿਹੜਾ ਐਡਰੈਸ ਟਰੇਸ ਕਰਨਾ ਆ, ਗੌਰਵ ਨਾਂ ਦੱਸਦਾ ਬੱਚਾ ਜੀ, ਅਤੇ ਇਹ ਬੱਚੇ ਦੀ ਯਾਰ ਗੋਵਾ ਚੁੱਕਣ ਦੀ ਉਮਰ ਆ ਯਾਰ, ਖੇਡਣ ਪੜ੍ਹਨ ਦੀ ਉਮਰ ਆ ਬੱਚੇ ਦੀ, ਤੇ ਆਪਾਂ ਬਿਨਾਂ ਮੈਨੂੰ ਆ ਨਹੀਂ ਗਿਆ, ਲਿਆਂਦਾ ਗਿਆ ਵੀਰ ਜੀ, ਛੱਡ ਕੇ ਗਿਆ, ਮੈਂ ਰੱਖ ਲੈਣੀ ਆ, ਧੱਕਿਆਂ ਛੱਡ ਗਿਆ ਉਹਨੂੰ, ਮੈਂ ਨਾ ਬੰਦੇ ਗਿਆ ਉੱਤੇ ਜੋ ਵੀ ਕਰ ਰਹੇ ਸਰ, ਮੈਂ ਆਪ ਲੱਭਣ ਡਿਆ, ਮੈਨੂੰ ਲੱਭਣ ਨਹੀਂ, ਤੁਸੀਂ ਲੱਭੋ ਇਹ, ਤੁਸੀਂ ਲੱਭੋ ਕਿ ਤੁਸੀਂ ਲੱਭਣਾ ਹੈ ਤਾਂ ਪਿੰਡ ਦਾ ਬਹੁਤ ਇੱਥੇ ਦਿੰਦਾ, ਹੁਣ ਇਹਦਾ ਸ਼ਹਿਰ ਹੈ ਪਤਾ ਨਹੀਂ ਯਾਰ, ਘਰ 'ਚ ਤਾਂ ਕੋਈ ਹੋਊਗਾ ਪਤਾ? ਤੇਰੇ ਪਿਤਾ ਦੀ ਮੌਤ ਕਿੱਦਾਂ ਹੋਈ ਪਤਾ ਕੁਛ ਯਾਦ ਆ? ਤੇਰੇ ਡੈਡੀ ਜਿਹੜੇ ਆ ਉਹ ਕਿੱਦਾਂ ਮਰੇ ਆ? ਉਹਨਾਂ ਨੂੰ ਸੱਪ ਲੜ ਗਿਆ ਸੀ। ਸੱਪ ਲੜ ਗਿਆ ਸੀ,
ਇਹ ਤੁਸੀਂ ਤੂੰ ਆਪਣੇ ਡੈਡੀ ਨੂੰ ਅੱਖੀ ਮਰਿਆ ਦੇਖਿਆ ਕਿ ਜਾਂ ਤੈਨੂੰ ਕਿਸੇ ਨੇ ਦੱਸਿਆ ਆ? ਅੱਖੀ ਮਰੀ ਦੇਖਿਆ। ਤੇ ਮੰਮੀ ਤੇਰੀ ਕੀ ਕੰਮ ਕਰਦੀ ਆ? ਮੰਮੀ ਰੂਈ ਦਾ ਕੰਮ ਕਰਦੀ ਆ। ਰੂਈ ਦਾ? ਠੀਕ ਹੈ। ਅਮੇਠੀ ਦਾ ਸ਼ਹਿਰ ਆ ਬਹੁਤ ਵੱਡਾ ਯੂਪੀ ਦਾ। ਅਮੇਠੀ ਸ਼ਹਿਰ ਦੇ ਵਿੱਚ ਤੇਰਾ ਪਿੰਡ ਕਿਹੜਾ ਹੈ, ਛੋਟਾ ਪਿੰਡ, ਗਾਉਂ? ਗਾਉਂ ਦਾ ਨਾਮ ਕਿਆ ਹੈ? ਗਾਉਂ ਮੇਰਾ ਇੱਥੇ ਅੰਦਰ ਹੀ ਆ, ਅਮੇਠੀ ਦੇ ਅੰਦਰ ਹੀ ਆ। ਨਹੀਂ, ਅਮੇਠੀ ਦੇ ਅੰਦਰ ਕੋਈ ਗਾਉਂ ਦਾ ਨਾਂ ਯਾਦ ਹੋਵੇ ਤੈਨੂੰ, ਕਦੀ ਤੇਰੇ ਪਾਪਾ ਨੇ ਕਿਹਾ ਹੋਵੇ ਕਿ ਸਾਡਾ ਪਿੰਡ ਜਾਂ ਸਾਡਾ ਗਾਉਂ ਆ ਹੈਗਾ? ਮੰਦਰ ਦਾ ਲਾਗੇ ਜਾਂ ਤੇਰੇ ਉੱਥੇ ਅਮੇਠੀ ਕੋਈ ਉੱਥੇ ਕੋਈ ਮੰਦਰ ਹੋਵੇ, ਕਿਸੇ ਸ਼ਿਵਜੀ ਮਹਾਰਾਜ ਦਾ, ਹਨੂੰਮਾਨ ਜੀ ਦਾ ਕੋਈ ਮੰਦਰ ਹੋਵੇ, ਕੋਈ ਸਕੂਲ ਹੋਵੇ ਅਮੇਠੀ ਸ਼ਹਿਰ ਦੇ ਵਿੱਚ, ਦੱਸੋ। ਸਕੂਲ ਤਾਂ ਨਹੀਂ ਹੈਗਾ, ਮੈਂ ਗਾਉਂ ਲੱਗ ਜਿੱਥੇ ਮੇਰਾ ਘਰ ਨਹੀਂ ਹੈਗਾ। ਹਾਂ 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 ਹਾਂ, ਉਹਦੇ ਲਾਗੇ ਇੱਕ ਘਰ ਜਿਹਾ ਹੈਗਾ ਆ। ਹੁਣ ਇਹ ਵੀ ਨਹੀਂ ਪਤਾ ਸੰਗਤ ਜੀ ਕਿ ਇਸ ਬੱਚੇ ਦਾ ਮਾਂ ਪਿਓ ਜਿੰਦਾ ਹੋਵੇ, ਕਿਉਂਕਿ ਜਿਹੜਾ ਆਪਾਂ ਗੋਲਡਨ ਗੇਟ ਤੋਂ ਕੁਛ ਮਹੀਨੇ ਪਹਿਲਾਂ ਬੱਚਾ ਛਡਾਇਆ ਸੀ, ਜਿਹੜਾ ਕੋਈ ਟਰੱਕ 'ਤੇ ਬੰਦਾ ਚੁੱਕ ਕੇ ਲੈ ਆਇਆ, ਜਿਨ੍ਹਾਂ ਨੇ 3 ਮਹੀਨਿਆਂ 'ਚ ਦਿਮਾਗ ਵੋਸ਼ ਕਰਤਾ ਸੀ, ਬੱਚਾ ਕਹਿੰਦਾ ਸੀ ਮੇਰੇ ਮਾਂ ਪਿਓ ਮਰ ਗਏ, ਪਰ ਜਦੋਂ ਉਹਦੀ ਵੀਡੀਓ ਵਾਇਰਲ ਹੋਈ ਤਾਂ ਲੁਧਿਆਣੇ ਉਸ ਬੱਚੇ ਦੇ ਪੋਸਟਰ ਲੱਗੇ ਸੀ ਅਤੇ ਮਾਂ ਪਿਓ ਮਿਲਿਆ ਉਹਦਾ। ਬੱਚਾ ਕਹਿੰਦਾ ਸੀ ਮੇਰੇ ਮਾਂ ਪਿਓ ਮਰ ਗਏ ਆ। ਚਾਈਲਡ ਵੈਲਫੇਅਰ ਵਾਲਿਆਂ ਨੂੰ ਵੀ, ਸਾਰਿਆਂ ਨੂੰ ਇਹਦੇ ਜਿੱਡਾ ਸੀ ਗੋਲਡਨ ਗੇਟ ਆਪਣੇ ਅੰਮ੍ਰਿਤਸਰ, ਪਰ ਜਦੋਂ ਵੀਡੀਓ ਵਾਇਰਲ ਹੋਈ ਮਾਂ ਪਿਓ ਬੱਚੇ ਨੂੰ ਲੱਭ ਰਿਹਾ, 3 ਮਹੀਨਿਆਂ 'ਚ ਬੱਚੇ ਦਾ ਦਿਮਾਗ ਵੋਸ਼ ਕਰਤਾ। ਹੋ ਸਕਦਾ ਇਹਦੇ ਵੀ ਜਿੰਦਾ ਹੋਵੇ ਪਿਓ, ਕਿਉਂਕਿ ਬੱਚੇ ਦਾ ਮਾਇੰਡ ਆ ਨਾ, ਜੋ ਇਹਦੇ 'ਚ ਪਾਤਾ ਜੋ ਪੜ੍ਹਾਤਾ। ਉਹ ਤਾਂ ਗੋਵਾ ਤੂੰ ਚੁੱਕਦਾ ਰੋਜ਼ ਹੀ, ਦੱਸੋ ਗੋਵਾ ਤੂੰ ਚੁੱਕਦਾ? ਗੋਵਾ ਤੂੰ ਚੁੱਕਦਾ? ਤੇਰਾ ਦਿਲ ਕਰਦਾ ਗੋਵਾ ਚੁੱਕਣ? ਤੇਰਾ ਦਿਲ ਕਰਦਾ ਗੋਵਾ ਚੁੱਕਣ ਨੂੰ? ਰੋਜ਼ ਚੁੱਕਦਾ? ਨਹੀਂ, ਰੋਜ਼ ਤੇ ਤੂੰ ਗੋਵਾ ਚੁੱਕਦਾ ਵਾ, ਤੇਰਾ ਕਦੀ ਦਿਲ ਕਰਦਾ ਗੋਵਾ ਚੁੱਕਣ ਨੂੰ? ਨਹੀਂ, ਤੇਰਾ ਮਨ ਤੇ ਨਹੀਂ ਨਾ ਕਰਦਾ, ਤੇਰਾ ਮਨ ਤੇ ਪੜ੍ਹਨ ਨੂੰ ਖੇਡਣ ਨੂੰ ਕਰਦਾ ਹੋਊਗਾ, ਗੋਵਾ ਚੁੱਕਣ ਨੂੰ ਥੋੜੀ ਕਰਦਾ। ਕਦੀ ਮਾਰਿਆ ਇਹਨਾਂ ਨੇ ਕਦੀ ਪੁੱਤ? ਮਾਰਿਆ ਕਦੀ ਨਹੀਂ ਮਾਰਿਆ। ਤੇ ਇਹ ਗੋਵਾ ਸਾਰਾ ਤੂੰ ਚੁੱਕਦਾ ਜਿੰਨੇ ਡੰਗਰ ਆ? ਤੇ ਹੋਰ ਕੀ ਕੀ ਕੰਮ ਕਰਦਾ ਮੇਰਾ ਪੁੱਤ? ਪਾਣੀ ਡਾਉਣਾ। ਤੇ ਉਹ ਜਿਹੜੀਆਂ ਘਰ ਦੇ ਅੰਦਰ ਜਿਹੜੇ ਪੋਚੇ ਜਾਂ ਲੀਰਾ ਮਾਰਦੇ ਉਹ ਕੌਣ ਕਰਦਾ? ਉਹ ਤੇ ਨੀ ਤੂੰ ਕਰਦਾ? ਹੋਰ ਕੋਈ ਘਰ ਦਾ ਕੰਮ, ਕੋਈ ਪੋਚੇ, ਕੋਈ ਝਾੜੂ ਪੋਚਾ ਕੋਈ? ਅੱਛਾ, ਇਹਦਾ ਗੋਹੇ ਦਾ ਕੰਮ ਕਰਦਾ। ਸੋ ਸੰਗਤ ਜੀ, ਇਹ ਬੱਚੇ ਦੀ ਉਮਰ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਅਸੀਂ ਤਾਂ ਥੱਕ ਗਏ ਆਪਣੇ ਭਰਾਵਾਂ ਨੂੰ ਕਹਿ ਕੇ ਥੱਕ ਗਏ ਹਾਂ, ਕਿਉਂਕਿ ਇਹ ਪਿੰਡ ਭੂਰੇ ਗਿੱਲ ਪਿੰਡ ਹੈ, ਬਿਲਕੁਲ ਪਿੱਛੇ ਕਿਹੜਾ ਪਿੰਡ, ਚਮਿਆਰੀ ਪਿੰਡ ਦੇ ਨਾਲ ਹੀ ਆ ਭੂਰੇ ਗਿੱਲ ਪਿੰਡ ਜੀ। ਸੋ ਇਹ ਵੀਰ ਹੋਣੀ ਵੀ ਸਾਡੀਆਂ ਵੀਡੀਓ ਵੇਖਦੇ ਨੇ, ਸੰਸਥਾਵਾਂ ਦੀਆਂ ਵੀਡੀਓ ਵੇਖਦੇ ਨੇ, ਜਦੋਂ ਸੰਸਥਾਵਾਂ ਆਉਂਦੀਆਂ ਉਦੋਂ ਕੀ ਕਰਦੇ ਨੇ, ਉਦੋਂ ਸਫਾਈਆਂ ਅਸੀਂ ਆਪਦੇ ਬੱਚਿਆਂ ਅਗਰ ਰੱਖਦੇ ਹਾਂ, ਸਾਡੀ ਭੈਣ ਵੀ ਕਹਿੰਦੀ ਆ ਕਿ ਅਸੀਂ ਇਹਨੂੰ ਕਦੀ ਕੁੱਟ ਮਾਰ ਜਾਂ ਇਹਨੂੰ ਲੀੜਾ ਕੱਪੜਾ ਦਿੰਦੇ ਹਾਂ, ਪਰ ਕਿਸੇ ਮਾਂ ਦਾ ਪੁੱਤ ਆਪਣੇ ਘਰ 'ਚ ਰੱਖ ਲੈਣਾ ਉਹ ਦਰਦ ਉਹੀ ਸਮਝ ਸਕਦੇ ਆ ਜਿਨ੍ਹਾਂ ਦੇ ਆਪਦੇ ਵਿਛੜੇ ਨੇ, ਜਿਨ੍ਹਾਂ ਦੇ ਆਪਦੇ ਬੱਚੇ ਜਿਹੜੇ ਕਈ ਕਈ ਸਾਲਾਂ ਤੋਂ ਲੱਭ ਰਹੇ ਨੇ। ਪਰ ਜਿਹੜੇ ਲੋਕ ਇੱਦਾਂ ਦੇ ਬੱਚਿਆਂ ਨੂੰ ਟਰੱਕਾਂ 'ਤੇ ਟੈਕਸੀਆਂ 'ਤੇ ਚੱਕ ਕੇ ਲਿਆ ਕੇ ਗਾੜੀ ਸਪਲਾਈ ਕਰਦੇ ਨੇ, ਉਹ ਬੰਦਿਆਂ 'ਤੇ ਕਾਰਵਾਈ ਹੋਣੀ ਚਾਹੀਦੀ ਆ। ਉਹ ਕਾਰਵਾਈ ਪ੍ਰਸ਼ਾਸਨ ਨੇ ਕਰਨੀ ਆ, ਸਰਕਾਰਾਂ ਨੇ ਕਰਨੀ ਆ, ਇਸ ਚੀਜ਼ ਨੂੰ ਧਿਆਨ 'ਚ ਲਿਆਂਦਾ ਜਾਵੇ, ਕਿਉਂਕਿ ਜਿਹੜਾ ਸਾਡੇ ਪੰਜਾਬ ਦੇ ਮੱਥੇ 'ਤੇ ਖਾਸ ਕਰਕੇ ਮਾਝੇ ਦੀ ਧਰਤੀ 'ਤੇ ਇੱਕ ਕਲੰਕ ਲੱਗਾ ਨਾ, ਕੁਝ ਕੁ ਲੋਕਾਂ ਵੱਲੋਂ, ਸਾਰਾ ਨਹੀਂ ਸਾਡਾ ਇਲਾਕਾ ਮਾੜਾ, ਪਰ ਕੁਝ ਕੁ ਲੋਕਾਂ ਵੱਲੋਂ ਜਿਹੜੇ ਆਲਸੀ ਹੋ ਗਏ ਨੇ। ਬਾਕੀ ਇੱਥੇ ਹੁਣ ਸਾਡੇ ਆ ਵੀਰ ਸਤਿਕਾਰਯੋਗ ਇੱਧਰ ਦੇ ਪਿੰਡਾਂ ਦੇ ਖੜ੍ਹੇ ਨੇ ਕਿ ਇਹ ਆਪਣਾ ਕੰਮ ਨਹੀਂ ਕਰਦੇ, ਇਹ ਸਾਰਾ ਦਿਨ ਬੱਚੇ ਨੇ ਜਿਹੜਾ ਆ ਜੀ ਇਹਨਾਂ ਮਹੀਆਂ ਦੇ ਨਾਂ ਵਿੱਚ ਇੱਥੇ ਗੋਹਾ ਚੁੱਕਦੇ ਰਹਿਣਾ। ਉਹ ਬਾਲਟਾ ਇਹਦਾ ਭਰਿਆ ਪਿਆ ਆ, ਸਿਰੇ ਗੋਹਾ ਚੁੱਕਣ ਡਿਆ ਪੁੱਤ? ਜਾਂ ਉਹ ਸੁੱਟ ਦੇ, ਇੱਕ ਬਾਲਟਾ ਸੁੱਟ ਦੇ ਉਹ ਵੀ, ਜਾਂ ਸੁੱਟ ਦੇ। ਸਾਡਾ ਕੰਮ ਨਾਲ ਕੋਈ ਮਕਸਦ ਨਹੀਂ, ਇਹਦੇ ਮਾਂ ਪਿਓ ਨੂੰ ਪੁੱਛ ਕੇ ਇਹਨੂੰ ਰੱਖਿਆ ਹੋਵੇ, ਇਹਨੂੰ ਤਨਖਾਹ ਦਿੱਤੀ ਜਾਵੇ, ਅਸੀਂ ਉਸ ਘਰ 'ਚ ਕਦੇ ਨਹੀਂ ਜਾਂਦੇ, ਕਿਉਂਕਿ ਕੰਮ ਛੋਟੇ ਬੱਚੇ ਕਰਨਗੇ ਸਹੀ ਰਹਿਣਗੇ, ਪਰ ਤੁਸੀਂ ਦੇ ਸਕਦੇ ਹੋ ਇੱਦਾਂ ਹੀ ਸਾਰਾ ਦਿਨ ਇਹਨੇ ਗੋਹਾ ਚੁੱਕਣਾ, ਜਿਹੜੀਆਂ ਕਿ ਗੁਪਤ ਤਰੀਕੇ ਨਾਲ ਸਾਨੂੰ ਵੀਡੀਓ ਭੇਜੀਆਂ ਗਈਆਂ, ਅਤੇ ਇੱਦਾਂ ਹੀ ਇਹ ਸੁੱਟਦਾ ਆ, ਜਿੰਦਾ ਰਹੇ, ਚੜ੍ਹਦੀ ਕਲਾ 'ਚ ਰਹੇ, ਉਹ ਭਰਾ ਵੀ, ਉਹ ਭੈਣਾਂ ਵੀ ਜਿਹੜੀਆਂ ਇੱਦਾਂ ਦੇ ਹੋਰੇ ਜ਼ੁਲਮ ਦੀ ਆਵਾਜ਼ ਚੁੱਕਦੀਆਂ ਨੇ, ਜਿਹੜੇ ਕਹਿੰਦੇ ਨੇ ਕਿ ਨਹੀਂ ਸਾਡੇ ਇਲਾਕੇ ਦੇ ਵਿੱਚ ਕੁਛ ਗਲਤ ਹੋ ਰਿਹਾ। ਇਸ ਪਿੰਡ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਬੰਦੇ ਹੈਗੇ ਨੇ, ਚਲੋ ਸਾਡੇ ਕੋਲ ਅਜੇ ਸਬੂਤ ਨਹੀਂ ਹੈਗਾ ਕਿਸੇ ਦਾ
ਕਿਉਂਕਿ ਕਿਸੇ ਦੀ ਵੀਡੀਓ ਨਹੀਂ ਹੈਗੀ, ਪਰ ਇਹ ਬੱਚੇ ਦੀ ਬੱਚੇ ਦੇ ਕਰਕੇ, ਕਿਉਂਕਿ ਬੱਚਾ ਸਾਨੂੰ ਵੀ ਪਰਮਾਤਮਾ ਨੇ ਜੀ ਦਿੱਤੇ, ਅਸੀਂ ਆਪਣੇ ਬੱਚੇ ਨੂੰ ਇੰਨਾ ਕੁ ਜ਼ਿਆਦਾ ਪਿਆਰ ਕਰਦੇ ਹਾਂ, ਇੰਨਾ ਕੁ ਜ਼ਿਆਦਾ ਪਿਆਰ ਕਰਦੇ ਹਾਂ ਕਿ ਪਤਾ ਨਹੀਂ, ਪਰ ਸਾਡਾ ਜਿਹੜਾ ਦਿਲ, ਸਾਡਾ ਜਿਹੜਾ ਦਿਮਾਗ, ਉਹ ਕਿੱਦਾਂ ਦਾ ਹੋ ਗਿਆ। ਤੇਰੇ ਪੁੱਤ ਕੱਪੜੇ ਕਿੱਥੇ ਆ ਜਿਹੜੇ ਤੂੰ ਪਾਉਣਾ? ਤੇਰੇ ਕੱਪੜੇ ਕਿੱਥੇ ਆ? ਉਹ ਕਮਰੇ ਸੋਨਾ ਮੇਰਾ ਹੱਥ ਉੱਥੇ ਆ? ਮਈਆਂ ਵਾਲੇ ਪਾਸੇ ਨਹੀਂ ਸਵਾਉਂਦੇ, ਉਹ ਵੀ ਜਾਣਕਾਰੀ ਆਪਣੇ ਕੋਲ ਹੈਗੀ ਆ, ਪਰ ਕੰਮ ਜਿਹੜਾ ਉਹ ਸਾਰਾ ਦਿਨ ਲੈਂਦੇ ਰਹਿਣਾ, ਉਹ ਵੀ ਤਾਂ ਗਲਤ ਆ ਨਾ। ਚੱਲ ਆ ਲਾ ਵੀਰੇ, ਫਿਰ ਕਰੀਏ ਕੋਈ ਗੱਲਬਾਤ ਤੇ ਚੱਲੀਏ ਫਿਰ, ਅਸੀਂ ਵੀ ਇੰਨਾ ਟਾਈਮ ਨਹੀਂ ਲਾਉਣਾ ਆਪਾਂ, ਹੁਣ ਤੁਹਾਡੇ ਕੋਲ ਹੋ ਗਿਆ ਇਹਨੂੰ ਸਾਲ ਮੇਰਾ ਵੀਰ। ਹੁਣ ਦੱਸੋ ਇਸ ਨੂੰ ਤੂੰ ਆਪਣੀ ਗਲਤੀ ਮੰਨਦਾ ਮੇਰਾ ਵੀਰ ਕੇ, ਜਾਂ ਫਿਰ ਆਪਾਂ ਗਾਂਹ ਨੂੰ ਵਧੀਏ? ਪਰ ਜੇ ਪਹਿਲਾਂ ਤੂੰ ਤੁਸੀਂ ਤਾਂ ਭਰਾਵਾ ਸਾਡੀਆਂ ਵੀਡੀਓ, ਹੁਣ ਤੁਹਾਡੇ ਇੱਥੋਂ ਸਕੂਲ ਦੇ ਬੱਚੇ ਉਹ ਮੈਂ ਮੂੰਹ ਲਗਾ ਕੇ ਆਇਆ, ਕਿਉਂਕਿ ਉਹ ਸਾਰੇ ਪਛਾਣਨ ਡੇ, ਕਿਉਂਕਿ ਛੋਟੇ ਬੱਚੇ ਜਾਂ ਯੰਗ ਏਜ ਵੀਡੀਓ ਜ਼ਰੂਰ ਵੇਂਦੇ ਆ। ਸਰਪੰਚ ਸਾਹਿਬ ਨੂੰ ਸੱਦਿਓ ਕਿ ਮੈਂ ਕਰਾਂ ਫੋਨ, ਹੁਣ ਲੱਗਣ ਨਹੀਂ ਡਿਆ। ਪਰ ਗਲਤੀ ਨਾ ਇੱਕ ਵਾਰੀ ਨਾ ਮੇਰਾ ਸਾਰਾ ਪਰਿਵਾਰ ਗੁਰੂ ਘਰ ਜਾ ਕੇ ਨਾ ਉਹ ਸਾਡੇ ਆਪਣੇ ਮਾਲਕ ਤੋਂ ਗਲਤੀ ਜ਼ਰੂਰ ਮੰਨਿਓ। ਤੁਹਾਨੂੰ ਲੱਗਦਾ ਇਹ ਪਾਪ ਨਹੀਂ ਹੈਗਾ, ਸਾਡੀ ਭੈਣ ਨੂੰ ਲੱਗਦਾ ਵੀ ਮੈਂ ਕੱਪੜੇ ਦੇ ਤੇ ਠੀਕ ਆ, ਉਹਦੀ ਦਰਗਾਹ ਹੈਗੀ ਆ, ਅਸੀਂ ਕੁਛ ਨਹੀਂ ਕਿਸੇ ਨੂੰ ਕਹਿ ਸਕਦੇ, ਕਿਉਂ ਵੱਡੇ ਭਾਜੀ? ਪਰ ਇੱਕ ਵਾਰੀ ਜਾ ਕੇ ਭੁੱਲ ਜ਼ਰੂਰ ਬਖਸ਼ਾਇਓ, ਕਿਉਂਕਿ ਆਪਣਾ ਇਤਿਹਾਸ ਬਹੁਤ ਵੱਡਾ। ਪਰ ਕੁਝ ਕੁ ਲੋਕਾਂ ਦੀ ਖਾਤਰ ਉਹ ਕਮੈਂਟਾਂ ਦੇ ਵਿੱਚ ਵੀ ਲੋਕ ਹੁਣ ਮਾਝੇ ਦੀ ਧਰਤੀ ਨੂੰ ਉਸ ਤਰੀਕੇ ਨਾਲ ਦੇਖਣ ਲੱਗ ਗਏ ਆ, ਪਰ ਮਾਝੇ ਦਾ ਤਾਂ ਤੈਨੂੰ ਪਤਾ ਯਾਰ, ਦੂਜਿਆਂ ਲਈ ਖੜਨ ਵਾਲੇ ਲੋਕ। ਮੈਂ ਤੇ ਵੀ ਜੀ ਖੁਦ ਤੋਂ ਹੀ ਬੰਦਾ ਨਹੀਂ ਰੱਖਿਆ, ਮੇਰੇ ਕੋਲ ਬਈ ਆਉਂਦੇ ਵੀ ਰਹੇ ਨਹੀਂ, ਇਹ ਨਹੀਂ ਮੰਨਦਾ ਨਹੀਂ ਆਉਂਦੇ ਰਹੇ, ਮਤਲਬ ਕਈ ਮੈਂਟਲੀ ਹਾਲਤ ਆਉਂਦੇ ਰਹੇ, ਜਿੱਦਾਂ ਆਉਂਦੇ ਰਹੇ ਪੁੱਤ ਮਾਰਦੇ ਤੇ ਨੀ ਭਾਜੀ ਤੈਨੂੰ? ਕਦੀ ਮਾਰਿਆ? ਕਦੀ ਨੀ? ਕੰਮ ਗੋਹੇ ਦਾ ਤੇ ਪੱਠਿਆਂ ਦਾ, ਪਾਣੀ ਪੂਣੀ ਢੋਣਾ ਯਾਰ। ਤੈਨੂੰ ਲੱਗਦਾ ਕਿ ਤੂੰ ਇਹ ਆਪਦੇ ਬੱਚੇ ਨੂੰ? ਨਹੀਂ ਨਹੀਂ ਯਾਰ, ਨਹੀਂ ਦੱਸੋ ਮੇਰੀ ਗੱਲ ਸੁਣੋ। ਚਲੋ ਮੈਂ, ਤੁਸੀਂ ਵੀ ਤੁਸੀਂ ਛਡਾਉਂਦੇ ਬੰਦੇ ਨੇ, ਕੀ ਹਾਲਤ ਹੁੰਦੀ? ਧੱਕੇ ਨਾਲ ਲਾਗੇ ਸਮਝਦਾ, ਆਪਣੇ ਲਾਗੇ ਰੋਟੀ ਬਹਿ ਖਾ, ਖਾ ਦੁੱਧ ਰਾਤ ਨੂੰ ਦੇਈਦਾ, ਹਰ ਇੱਕ ਚੀਜ਼ ਦੇਈਦੀ, ਕਿਹੜਾ ਕੰਮ ਨੀ ਕਰਦੇ? ਦੱਸੋ, ਚਲੋ ਮੈਂ ਰੱਖਿਆ, ਮੈਂ ਗਲਤ ਹਾਂ, ਬਾਕੀ ਚਲੋ ਮੈਂ ਰੋਟੀ ਪਾਣੀ ਦੀ ਗੱਲ ਨੀ ਕਰਦਾ, ਬਾਕੀ ਮੈਂ ਰੱਖਿਆ ਵਾ, ਮੈਂ ਗਲਤ ਹਾਂ, ਬਾਕੀ ਮੈਂ ਕਿਹੜਾ ਕੰਮ ਹੋਵੇ ਜਿਹੜਾ ਨਹੀਂ ਨੂੰ ਕਰਦਾ, ਜਿਹਦੇ ਹੋਣਾ ਮੈਨੂੰ ਫਲੋ ਬੜਾ ਟੋਰਚ ਕਰਨ ਡਿਆ, ਉਹ ਜਿਹੜਾ 12,000-15,000 ਲੈਂਦਾ ਰੋਟੀ ਨੂੰ ਵੀ ਖਾਂਦਾ। ਆ ਵੀਰ ਨਾਲ ਕੰਮ ਕਰਦੇ ਇੱਥੇ ਮੇਰੇ, ਆ ਜਿਹੜੇ ਵੀਰ ਆ ਭੈਣ ਹੋਣੀ ਕੰਮ ਕਰਦੇ ਤੁਹਾਡਾ, ਉਹ ਵੀ ਰੋਟੀ ਤਾਂ ਉਹ ਵੀ ਲੈਂਦੇ ਹੀ ਆ। ਸਤਿ ਸ਼੍ਰੀ ਅਕਾਲ ਜੀ ਪੁੱਤ, ਕਿੱਥੋਂ ਦਾ ਇਹ? ਅਮੇਠੀ ਪੁੱਤ, ਤੈਨੂੰ ਪਿੰਡ ਗਾਉਂ ਦਾ ਨਾਂ ਨੀ ਯਾਦ? ਕੋਈ ਗਾਉਂ ਦਾ ਹੀ ਯਾਦ, ਗਾਉਂ ਗਾਉਂ ਮੇਰਾ ਅਮੇਠੀ।
ਅਮੇਠੀ ਦਾ ਸ਼ਹਿਰ ਹੈ, ਇੱਕ ਤਾਂ ਵੱਡਾ ਸ਼ਹਿਰ ਹੈ ਉਹ, ਵਾਕੇ ਉੱਥੇ ਮੇਰੀ ਮਾਸੀ ਵੀ ਰਹਿੰਦੀ, ਉੱਥੇ ਮੇਰੀ ਦਾਦੀ ਵੀ ਰਹਿੰਦੀ ਹੈ। ਅੱਛਾ, ਅਤੇ ਮੇਰੀ ਗੱਲ ਸੁਣ, ਤੇਰਾ ਤੈਨੂੰ ਸਟੇਟ ਦਾ ਪਤਾ ਵਾ, ਤੇਰੀ ਸਟੇਟ ਯੂਪੀ ਆ ਕਿ ਬਿਹਾਰ ਹੈ? ਇੰਨਾ ਇਹਨੂੰ ਬਸ ਵੀ ਰਾਜਪੁਰੇ ਮੇਰਾ ਸਕੂਲ ਲਾਗੇ ਘਰ ਆ, ਹੋ ਸਕਦਾ ਉੱਥੇ ਮਾਂ ਅਜੇ ਵੀ ਰਹਿਣ ਡਈ ਹੋਵੇ ਵਿਚਾਰੀ। ਰਾਜਪੁਰੇ ਰਹਿਣਾ ਤੂੰ? ਪਤਾ ਤੈਨੂੰ ਟਿਕਾਣੇ ਦਾ? ਇੱਥੇ ਤੈਨੂੰ ਕੌਣ ਲੈ ਗਿਆ? ਇਹਨਾਂ ਦਾ ਬੱਤਾ ਕੋਈ ਟਰੱਕ ਤੇ ਚੱਕ ਕੇ ਲੈ ਗਿਆ ਵੀਰ ਜੀ, ਇਹਨਾਂ ਦਾ ਚਾਚੇ ਦਾ ਮੁੰਡਾ ਰਾਜਪੁਰਿਓਂ ਟਰੱਕ ਤੇ ਬਹਾ ਲਿਆਇਆ ਵਾ, ਉਹਨੇ ਲਿਆ ਕੇ ਇਹਨੂੰ ਦੇਤਾ ਆ। ਇਹਨੇ ਵੀ ਬੱਚਾ ਰੱਖ ਲੱਗੇ, ਨਹੀਂ ਸੋਚਿਆ ਵੀ ਗੁਰੂਆ ਚੱਲ ਵੱਡੇ ਬੰਦੇ ਤਾਂ ਰੱਖ ਲਓ, ਕੋਈ ਫਿਰ ਵੀ ਹੋ ਜਾਂਦਾ, ਪਰ ਕਮ ਸੇ ਕਮ ਬੱਚੇ ਨੂੰ ਨਾ ਰੱਖੀਏ। ਤੈਨੂੰ ਵੀ ਰਣਜੋ ਵੀ ਪਤਾ ਜੋ ਜੱਗੀ ਆ ਜਾਂਦਾ ਕੀ ਕਰਦਾ ਹੁੰਦਾ ਉਹ? ਨਹੀਂ ਉਹ ਨਿਕਲ ਗਿਆ, ਉਹ ਤੇ ਚਲਾ ਗਿਆ, ਨਹੀਂ ਗਿਆ। ਹੁਣ ਭਾਈ ਇਹ ਨਾ ਪੁੱਛਿਆ ਨਹੀਂ, ਮੇਰਾ ਮਾਂ ਪਿਓ ਹੈ ਨਹੀਂ ਆ ਤੇਰੇ ਸਾਹਮਣੇ, ਕਹਿਣ ਦਾ ਵੀਰੇ ਮਾਂ ਹੈਗੀ। ਹੁਣ ਅਸੀਂ ਖੜਾ ਗਏ ਜੀ ਲੈਣ ਵਾਸਤੇ ਆਏ ਹਾਂ, ਤੇ ਇਹਨਾਂ ਨੂੰ ਕੋਈ, ਇਹਨਾਂ ਨੇ ਸਾਲ ਇੱਕ ਬੱਚੇ ਕੋਲ ਮਿਹਨਤ ਵੀ ਕਰਾਈ ਆ ਨਾ, ਲੱਭੋ ਇਹਦਾ ਮਾਂ ਪਿਓ, ਮੈਂ ਦਵਾਂਗਾ ਪੈਸੇ। ਹਾਂ ਉਹ ਤੁਸੀਂ ਆਪਣਾ ਪਹਿਲਾਂ ਲੱਭੋ ਨਾ। ਹਾਂ ਨਹੀਂ ਲੱਭ ਕੇ ਵੀ ਜੀ, ਅਸੀਂ ਨਹੀਂ ਲੈਣੇ, ਕੋਈ ਚੱਕਰ ਨਹੀਂ, ਜਦੋਂ ਲੱਭ ਜੂ ਨੰਬਰ ਲੈ ਲਓ, ਉਹਦੀ ਕੋਈ ਲਿਖਤ ਪੜਤ ਕਰ ਲੈ ਕੇ ਜਾਵਾਂਗੇ ਨਾ ਆਪਾਂ। ਹਾਂ ਕੋਈ ਗੱਲ ਨਹੀਂ, ਉੱਥੇ ਉਹਦੇ ਵਿੱਚ ਵੇਖ ਵੀਰੇ, ਸਾਲ ਤੋਂ ਉਹਦੇ ਕੋਲ ਕੰਮ ਕਰਾਇਆ, ਜੋ ਸਤਿਕਾਰਯੋਗ ਵੱਡੇ ਕਹਿ ਦੇਣਗੇ, ਜਿੱਦਣ ਚਲੋ ਜੋ ਵੀ ਵੇਖ, ਤੂੰ ਸਾਡਾ ਭਰਾ ਆ, ਆਪਾਂ ਅਰਦਾਸ ਕਰੀਏ ਕਿ ਮਾਂ ਪਿਓ ਮਿਲ ਜੇ, ਜੇ ਪਰਿਵਾਰ ਮਿਲਦਾ ਤੇ ਉਹਨਾਂ ਨੂੰ ਮੇਰਾ ਵੀਰ ਦੇ ਦੀ, ਗਾਂ ਤੋਂ ਜਹੀ ਗਲਤੀ ਨਾ ਕਰੀ ਮੇਰਾ ਭਰਾ, ਠੀਕ ਆ? ਗਾਂ ਤੋਂ ਇਦਾਂ ਕੋਈ ਵੀ ਦਿਮਾਗੀ ਤੌਰ ਤੇ ਬਿਮਾਰ ਬੰਦਾ ਜਾਂ ਛੋਟਾ ਬੱਚਾ ਨਾ ਰੱਖੀ, ਠੀਕ ਆ? ਆਪਾਂ ਪਹਿਲੀ ਵਾਰੀ ਮਿਲੇ ਆ, ਪਹਿਲੀ ਵਾਰੀ ਉਹ ਵੀ ਬੰਦਾ ਹੈਗਾ, ਤੁਹਾਨੂੰ ਧੱਕੇ ਨਾਲ ਛੱਡ ਹੀ ਧੱਕੇ ਨਾਲ ਨਾ ਕੀ ਪਤਾ ਗੱਲ, ਨਾ ਕੀ ਹੈ ਸਰਦਾਰ ਜੀ ਨੂੰ ਨਾ ਦੱਸੋ, ਗੌਰਵ ਜਾਣਾ ਤੂੰ ਨਾ ਹੈ ਇੱਥੇ ਰਹਿਣਾ ਭਾਈ? ਦਬਕੇ ਨਾਲ ਉਹਨਾਂ ਪੁੱਛੋ ਸੀ, ਨਹੀਂ ਯਾਰ ਦਬਕੇ ਕਾਦੇ ਮੰਨ ਰਹੇ ਆ, ਬੱਚਾ ਸਹਿਮ ਜੂਗਾ ਨਾ ਭਾਜੀ, ਕਿਦਾਂ ਦੀ ਗੱਲ ਕਰਦੇ? ਮੈਂ ਉਹਨੂੰ ਪੁੱਛਣ ਦੇ ਤੂੰ ਜਾਣਾ ਜਾ ਪੁੱਤ ਸਾਡੇ ਨਾਲ, ਮਰਜ਼ੀ ਨਹੀਂ ਅਸੀਂ ਪਤਾ, ਅਸੀਂ ਨਾ ਪਹਿਲਾਂ ਵੀ ਬੱਚਿਆਂ ਨੂੰ ਦੇ ਮਾਂ ਪਿਓ ਨਾਲ ਮਿਲਾ ਚੁੱਕੇ ਹਾਂ, ਠੀਕ ਹੈ? ਉੱਥੇ ਜਾ ਕੇ ਆਪਾਂ ਤੇਰਾ ਪੁਲਿਸ ਦੇ ਜ਼ਰੀਏ, ਸਾਰਿਆਂ ਦੇ ਜ਼ਰੀਏ, ਤੇਰੀ ਮੰਮੀ ਨੂੰ, ਤੁਹਾਡੀ ਮਰਜ਼ੀ ਜੋ ਕਰੋ, ਹਾਂ ਤੈਨੂੰ ਰਾਜਪੁਰੇ ਵੀ ਗੱਡੀ 'ਚ ਨਾਲ ਲੈ ਕੇ ਜਾਵਾਂਗੇ, ਜੇ ਤੂੰ ਸਿੱਧਾ ਘਰ ਦੱਸ ਦੇਗਾ ਉੱਥੇ ਰਾਜਪੁਰੇ, ਤਾਂ ਵੀ ਤੈਨੂੰ ਮਿਲਾ ਦਾਂਗੇ, ਠੀਕ ਹੈ? ਠੀਕ ਹੈ ਨਾ, ਠੀਕ ਹੈ, ਚਲੋ ਆਓ ਫਿਰ ਚਾਰ ਲੈਣਾ ਲਿਖ ਲਈਏ, ਜਿੱਦਣ ਪਰਿਵਾਰ ਲੱਭ ਜੂਗਾ ਮੇਰਾ ਵੀਰ, ਜੋ ਮਾਨਤਾ ਦੇ ਨਾਲ, ਜੋ ਜਾਇਜ਼ ਜਾਇਜ਼ ਤੈਨੂੰ ਲੱਗਦਾ ਕਿ ਧੱਕਾ ਨਾ ਹੋਵੇ, ਉਹਦੀ ਮਾਂ ਦੇ ਹੱਥ 'ਤੇ ਧਰਦੀ, ਜੇ ਲੱਭ ਜੂਗਾ ਠੀਕ ਆ, ਨਹੀਂ ਲੱਭੂਗਾ ਉਹ ਪੈਸੇ ਤੂੰ ਇੱਥੇ ਪਿੰਡ ਦੇ ਕਿਸੇ ਲੋੜਵੰਦ ਬੱਚੇ ਦੇ, ਕਿਸੇ ਦੇ ਘਰ ਦੇ, ਕਿਸੇ ਦੇ ਕੋਠੇ 'ਤੇ ਲਾ ਦੀ, ਦੋ ਗੱਲਾਂ ਬਸ। ਬਾਕੀ ਤੁਸੀਂ ਆਪਦੀ ਗਲਤੀ ਸਵੀਕਾਰ ਕੀਤੀ, ਆਪਣੀ ਤੇਰਾ ਆਸਰਾ ਸੁਸਾਇਟੀ ਪਿੰਡ ਵੱਲਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵੀ ਜੀ, ਹਾਂਜੀ ਗੁਰੂ ਰਾਮਦਾਸ ਹੋਸਪਿਟਲ ਦੇ ਨਾਲ ਹੀ ਵੀ ਜੀ। ਚਲੋ ਆ ਜਾਓ, ਆਪਣੇ ਬੰਦੇ ਨੂੰ ਜਵਾਬ ਦਿੱਤਾ, ਉਹ ਕਹਿੰਦੇ ਕਿ ਉਸ ਬੰਦੇ ਤੇ ਕਾਰਵਾਈ, ਮੈਂ ਕਿਹਾ ਜੀ ਉਹਦੇ ਤੇ ਕੋਈ ਕਾਰਵਾਈ ਕਰਾਉਣੀ, ਨਾਲ ਇਹ ਵੀ ਵੀਰ ਆਉਂਦਾ, ਮੈਂ ਕੀ ਕਿਹਾ, ਪਰ ਉਹਦੇ ਨਾਲ ਇਹ ਵੀ ਆਉਂਦਾ ਨਾ ਜਿਹਨੇ ਰੱਖਿਆ, ਇਹਨਾਂ ਦੇ ਚਾਚੇ ਦਾ ਮੁੰਡਾ ਵਾ, ਦੇ ਨਾਲ ਖਲੋਤੇ ਨੇ, ਉਹ ਦੇਹੀ ਕਵਾਂਗੇ ਯਾਰ, ਉਹ ਦੇ ਗਿਆ ਇੱਥੇ ਤੋਂ ਰੋਟੀ ਦਿੰਦਾ, ਦੋ ਟਾਈਮ ਉਹਦਾ ਬੱਚੇ ਨਾਲ ਖੇਡਦਾ, ਕਿੱਥੇ ਮੁੰਡਾ, ਚਲੋ ਠੀਕ ਆ, ਭਾਤ ਤੋੜੇ ਚ ਕੱਪੜੇ ਪਾਏ ਸਿਆਣਾ ਪੈਣਾ ਵੀਰ ਤੂੰ ਹੈਗਾ, ਫਿਰ ਉਹੀ ਗੱਲਾਂ ਨਿਆਣੇ ਵਾਲੀਆਂ ਯਾਰ, ਕੋਈ ਗੱਲ ਨਹੀਂ ਅਕਾਲ ਪੁਰਖ ਵੇਖਣ ਡਿਆ ਨਾ ਉੱਤੇ, ਮੈਂ ਕਹਿੰਦਾ ਘਰਾਂ 'ਚ ਤੋੜੇ 'ਚ ਕੱਪੜੇ ਰਹਿੰਦੇ ਗੁਰੂ ਜੀ, ਪਹਿਲਾਂ ਗੱਲ ਸੋਚੀਏ ਥੋੜ੍ਹਾ ਜਿਹਾ, ਤੋੜੇ 'ਚ ਕੱਪੜੇ ਹੁੰਦੇ ਘਰਾਂ 'ਚ, ਫਿਰ ਤੁਸੀਂ ਤੁਸੀਂ ਜੇ ਜ਼ਬਰਦਸਤ ਦੇਖੋ ਗੱਲ ਕਾ, ਜੇ ਤੁਸੀਂ ਕਹਿੰਦੇ ਮੈਂ ਦੇਣਾ ਨਹੀਂ ਆ, ਖੜਨਾ ਵੀ ਹੁੰਦਾ ਵੀਰ ਜੀ, ਪ੍ਰਸ਼ਾਸਨ ਲੈ ਜੂ ਆਣ ਕੇ, ਚਾਈਲਡ ਵੈਲਫੇਅਰ ਲੈ ਜੂ, ਚੱਕਰ ਨਹੀਂ ਫਿਰ ਤਾਂ ਕੋਈ ਗੱਲ ਨਹੀਂ, ਤੇ ਫਿਰ ਜਿੱਦ ਬਾਜੀ ਨਹੀਂ, ਪਿਆਰ ਨਾਲ ਜੇ ਮਸਲੇ ਹੱਲ ਹੋਣ ਡੇ, ਫਿਰ ਜਿੱਦ
ਤੂੰ ਇਹ ਭਰਾ ਖਲੋਤਾ ਤੂੰ ਜਿੱਦ ਕਰਨੀ ਹੈ ਵੀਰੇ ਗੱਲ ਕਰ ਗੱਲ ਕਰ ਤੂੰ ਜਿੱਦ ਕਰਨੀ ਫਿਰ ਭਾਜੀ ਇੱਦਾਂ ਨੀ ਵੱਡੇ ਭਾਈ ਤੁਹਾਡੇ ਘਰ ਚ ਆਇਆ ਦਰਕੇ ਤੁਸੀਂ ਮਾਰੋ ਫਿਰ ਉਹ ਗੱਲ ਮੈਂ ਤੁਹਾਨੂੰ ਆਉਂਦਿਆਂ ਕਿਹਾ ਤੁਹਾਨੂੰ ਕੋਈ ਗੱਲ ਕੀਤੀ ਮੈਂ ਆਉਂਦਿਆਂ ਤੇਰੀ ਤੇਰੇ ਹੁਕਮ ਸਿਰ ਮੱਤੇ ਅਸੀਂ ਕੋਈ ਗੱਲ ਤੋਰੀ ਗਏ ਹੁਣ ਭਾਜੀ ਉਹਨਾਂ ਦੇ ਗੱਲ ਮੈਂ ਆਪਣੇ ਬੰਦੇ ਨੂੰ ਕਹੀ ਆ ਵੀ ਜੇ ਅਸੀਂ ਉੱਤੇ ਕਾਰਵਾਈ ਕਰਾਉਂਦੇ ਸਾਡਾ ਭਰਾ ਵੀ ਨਾਲ ਲੜਦਾ ਗੱਲ ਸੁਣ ਮੈਂ ਤੈਨੂੰ ਇਹ ਪੁੱਛਿਆ ਤੂੰ ਖੜਦਾ ਤੂੰ ਕਿਹਾ ਉਹ ਹਾਂਜੀ ਤੂੰ ਆਖਿਆ ਇਹਦਾ ਖਰਚਾ ਮੈਂ ਮਾਂ ਪਿਓ ਲੱਭੂ ਠੀਕ ਆ ਤੂੰ ਦੱਸ ਦੀ ਮੈਨੂੰ ਨਾਲ ਲੈ ਗਏ ਖਰਚਾ ਦਵਾ ਦਾਂਗੇ ਜਿਹੜੀ ਇਹ ਗਲਤ ਆ ਤੁਸੀਂ ਚਾਰ ਨਾਲ ਗੱਲਾਂ ਹੋਰ ਕਹੀਆਂ ਨਾ ਕਿ ਜੇ ਚਾਹੀਏ ਤੇ ਤੂੰ ਖੜ ਵੀ ਨਹੀਂ ਸਕਦਾ ਇੱਥੋਂ ਇਹਨੂੰ ਵਿਚਾਰੇ ਯਾਰ ਫਿਰ ਤੂੰ ਆਉਣਾ ਬੈਸਬਾਜੀ ਤੇ ਆ ਫਿਰ ਭਾਈ ਬੈਠੋ ਐਵੇਂ ਬੈਸਬਾਜੀ ਯਾਰ ਤੂੰ ਫਾਇਦਾ ਨਹੀਂ ਵੱਡੇ ਭਾਈ ਇਹ ਚੰਗੇ ਨਹੀਂ ਲੱਗੀ ਦਾ ਮੇਰਾ ਤੁਸੀਂ ਵੀ ਸਿਆਣੇ ਸੁਹਾਣੀ ਹੋ ਸਿਆਣੇ ਹੋ ਸਾਨੂੰ ਸਾਰੇ ਭਾਈ ਹੋਗਾ ਗੱਲ ਇਹ ਕੀਤੀ ਆ ਹਾਂ ਵੀ ਉਹ ਬੰਦੇ ਦੇ ਜਦੋਂ ਕਾਰਵਾਈ ਹੋਈ ਇਹ ਨਹੀਂ ਵੀ ਚੜੂਗਾ ਆਉਂਦੇ ਆਉਂਦੇ ਤੂੰ ਉਹਨੂੰ ਭੈਣ ਚਲੋ ਫਿਰ ਆਪਾਂ ਇਹੋ ਜਿਹੇ ਬੰਦੇ ਦਾ ਡੱਕਾ ਲਾਉਣਾ ਚਾਹੀਦਾ ਫਿਰ ਤੁਸੀਂ ਕਰਾ ਦੂੰ ਤੁਸੀਂ ਸਰਕਾਰਯੋਗ ਹੋ ਤੁਹਾਨੂੰ ਵੀ ਪਤਾ ਵੀ ਇਹਦੇ ਕਰੇ ਬੱਚਾ ਰਹਿਣਾ ਤੁਸੀਂ ਪਹਿਲਾਂ ਡੱਕ ਦਿੰਦੇ ਹੋ ਉਹਨੇ ਪੈਸੇ ਲਿਆ ਤੇਰੇ ਕੋਲ ਕੋਈ ਨਹੀਂ ਨਹੀਂ ਇਹਦਾ ਨਹੀਂ ਕੋਈ ਰਿਹਾ ਅੱਛਾ ਉਹਦੇ ਦੇ ਗਿਆ ਉਹਦਾ ਦੇ ਗਿਆ ਮੈਂ ਤੁਹਾਨੂੰ ਪਰ ਜਿਹੜਾ ਕਿਸੇ ਦਾ ਬੱਚਾ ਚੁੱਕ ਕੇ ਲਿਆਉਣਾ ਭਾਵੇਂ ਤੁਸੀਂ ਇਹ ਚੀਜ਼ਾਂ ਨਾ ਡਰੋ ਭਾਜੀ ਇਹਨੂੰ ਪਤਾ ਟਰੱਕ ਤੇ ਲਿਆ ਇਹ ਰੱਖਦਾ ਹੀ ਨਾ ਡਰੋ ਵੀ ਉਹ ਤੇ ਕਾਰਵਾਈ ਹੋਊਗੀ ਤੁਸੀਂ ਉਹਨੂੰ ਫੜੋ ਪੈਂਚ ਉਹਨੂੰ ਸੋ ਉਹਨੂੰ ਤੁਸੀਂ ਆਪ ਲੱਗਣ ਦੇ ਮੈਂ ਇਹ ਗੱਲ ਜਿਹੜੀ ਮੈਂ ਕਹਿ ਰਿਹਾ ਤੁਸੀਂ ਤੁਹਾਡਾ ਵੀ ਪਿੰਡ ਦਾ ਬੰਦਾ ਏ ਤੁਸੀਂ ਕਿਤੇ ਆਣ ਕੇ ਇਹਨੂੰ ਵਿਚਾਰੇ ਨੂੰ ਸਮਝਾ ਦਿੰਦੇ ਵੀ ਯਾਰ ਛੋਟਾ ਬੱਚਾ ਰੱਖਿਆ ਗੁਰੂ ਐਵੇਂ ਛੱਡ ਪਰੇ ਆਪਾਂ ਕੀ ਲੈਣਾ ਮੈਨੂੰ ਤੇ ਪਤਾ ਹੀ ਹੋਣ ਲੱਗਾ ਇਹਨੂੰ ਪੁੱਛ ਲੈ ਭਾਵੇਂ ਮੈਨੂੰ ਉਹਨੇ ਵੀਰ ਫੋਨ ਕੀਤਾ ਜਾਂਦਾ ਵੀਰ ਆਹ ਗੱਲ ਆ ਇਤਰਾ ਬੰਦੇ ਆਏ ਮੈਂ ਚੱਲ ਮੈਂ ਆ ਗਿਆ ਹੁਣ ਬੱਚੇ ਨੂੰ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਦਾ ਤੁਸੀਂ ਪਰ ਤੁਸੀਂ ਪਰਸਨਲ ਬੰਦੇ ਹੋ ਜੀ ਮੇਰੀ ਗੱਲ ਸੁਣੋ ਜੀ ਉਹ ਛੱਡ ਵੀ ਗਿਆ ਨਾ ਨਹੀਂ ਉਹ ਨਹੀਂ ਇਹਨੂੰ ਧੱਕਾ ਵੀ ਕਿੱਥੇ ਦੇ ਸਕਦੇ ਮੇਰੀ ਮੇਰੀ ਮੈਂ ਉਹ ਭਾਜੀ ਨੂੰ ਵਿਚਾਰ ਕਰਨ ਦੇ ਵੇਖੋ ਭਰਾ ਨੂੰ ਕੀ ਕਿਹਾ ਵਾ ਕਮ ਸੇ ਕਮ ਬਿੰਨੂ ਬੰਨ ਦੇ ਬਾਲਟਾ ਚੁੱਕ ਕਿਹੜੀ ਕਿਹੜੀ ਵੀਡੀਓ ਇਹਦੀ ਆ ਇਹਦੇ ਜਿਹੜੇ ਚੋਰੀ ਵੀਡੀਓ ਆਈਆਂ ਨਾ ਉਹ ਜੇ ਨਹੀਂ ਕਿਹੜੀ ਮਤਲਬ ਦਿਖਾ ਦਿਓ ਕੋਈ ਗੱਲ ਨਹੀਂ ਉਹ ਨਹੀਂ ਉਹਦੇ ਵਿੱਚ ਬੜਾ ਕੁਝ ਹੋ ਜਾਂਦਾ ਹੁਣ ਉਹਦੇ ਵਿੱਚ ਇਹਦੇ ਸਿਰ ਤੇ ਨਾਂ ਤਾਂ ਬਿੰਨੂ ਆ ਰੋਜ਼ ਗੋਵਾ ਚੁੱਟਦਾ ਮੈਂ ਭਰਾ ਨੂੰ ਕੀ ਕਿਹਾ ਕਮ ਸੇ ਕਮ ਬਿੰਨੂ ਬੰਨਦੇ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਨਾ ਕਿ ਯਾਰ ਤੇਰੇ ਬੱਚਿਆਂ ਵਰਗਾ ਕਮ ਸੇ ਕਮ ਸਿਰ ਤੇ ਬਿੰਨੂ ਪਰਨਾ ਤੇ ਬੰਨਦੇ ਨੰਗੇ ਸਿਰ ਬੱਚਾ ਗੋਵਾ ਸੁੱਟਦਾ ਬਾਕੀ ਠੀਕ ਹੈ ਯਾਰ ਕੋਈ ਗੱਲ ਨਹੀਂ ਬਾਕੀ ਯਾਰ ਬੰਦੇ ਰੁਲ ਰਹੇ ਵੀਰ ਭਾਜੀ ਜਿੰਨਾ ਦਾ ਪਤਾ ਆਪਾਂ ਸੇਵਾ ਕਰਨ ਲੱਗੀਏ ਨਾ ਤੇ ਮੇਰੇ ਹਿਸਾਬ ਨਾਲ ਇੱਥੇ ਪਹੁੰਚਦੇ ਨੇ ਬੜੇ ਸਾਲ ਲੰਘ ਜਾਣੇ ਆ ਉਹ ਨਹੀਂ ਭਾਜੀ ਅੰਮ੍ਰਿਤਸਰ ਦੇ ਵਿੱਚ ਹੀ ਬੜਾ ਤੁਰਿਆ ਫਿਰਦਾ ਇੰਨੇ ਲੋਕਾਂ ਨੂੰ ਸਾਹਮਣੇ ਡਈਆਂ ਸੰਸਥਾਵਾਂ ਉਹ ਨਹੀਂ ਕੋਈ ਨਹੀਂ ਸਾਹਮਣੇ ਇਸ ਤਰ੍ਹਾਂ ਤੁਰੇ ਫਿਰਦੇ ਰੋਣੇ ਵਧੀਆ ਗੱਲ ਆ ਤੁਸੀਂ ਵਧੀਆ ਕੰਮ ਕਰਦੇ ਲੈ ਜਾਓ ਤੁਹਾਡੇ ਪਿੰਡ 'ਚ ਹੁਣ ਘੱਟ ਤੋਂ ਘੱਟ 20-30 ਬੰਦੇ ਹੋਰ 40 ਹੈਗੇ ਆ ਉਹ ਚਲੋ ਤੁਸੀਂ ਆਪਣੇ ਹਿਸਾਬ ਨਾਲ ਦੇਖੋ ਅਸੀਂ ਕਿਉਂ ਨਾ ਲਈਏ ਨਹੀਂ ਫਿਰ ਦੱਸੋ ਨਾ ਜਦੋਂ ਸਾਰੇ ਲੱਦ ਕੇ ਛੱਡੋ ਜੇ ਅਸੀਂ ਰੋਟੀ ਨਾ ਖਵਾਈ ਅਸੀਂ ਗੁਨਾਹਗਾਰ ਯਾਰ ਮੈਂ ਤੇ ਇਹਨਾਂ ਦੋ ਟਾਈਮ ਦਾ ਫੁਲਕਾ ਛਕਣ ਦੇ ਮੈਂ ਕਿੱਥੇ ਛੱਡਾਂ ਮਾਨੂੰ ਨਹੀਂ ਕੋਈ ਇੱਕ ਇਹ ਬੱਚਾ ਨਾ ਕਰੋ ਮੈਂ ਇਹਨਾਂ ਨੂੰ ਜਿਹੜਾ ਬੰਦਾ ਕੰਮ ਨਾ ਕਰਾਉਣ ਸਾਡੇ ਕੋਈ ਛੱਡਾਓ ਧੱਕਾ ਨਾ ਕਰੇ ਧੱਕਾ ਨਾ ਕਰੇ ਮੰਜਾ ਪੀੜਾ ਦਵੇ ਸਭ ਕੁਛ ਦਵੇ ਇਹ ਬੱਚੇ ਨਹੀਂ ਭਾਜੀ ਇਹ ਬੱਚਾ ਸੀ ਇਹਦਾ ਇਹਨੂੰ ਰੱਖਣਾ ਤੁਹਾਨੂੰ ਨਹੀਂ ਚਾਹੀਦਾ ਇਹ ਬੱਚਾ ਸੀ ਸਿਆਣਾ ਬੰਦਾ ਹੁੰਦਾ ਉਹਨੂੰ ਵੇਖੋ ਕੋਈ ਨਹੀਂ ਯਾਰ ਮੇਰੇ ਕਿੰਨੇ ਕਿੰਨੇ ਮਹੀਨੇ ਹੋ ਗਏ ਤੇਰੇ ਕੋਲ 8 ਮਹੀਨੇ ਹੋ ਗਏ ਜੋ ਵੀ ਇਹਦੀ ਜੋ ਲੱਭ ਗਿਆ ਨਾ ਪੇਰੈਂਟਸ ਚਲੋ ਫੜ ਗੱਡੀ ਜੋ ਲੈ ਜਿਸ ਦੀ ਉਮਰ 11 ਤੋਂ 12 ਸਾਲ ਜਿਸ ਦੀ ਉਮਰ 11 ਤੋਂ 12 ਸਾਲ ਹੈ ਆ ਜਾ ਪੁੱਤ 11 ਸਾਲ ਹੈ ਵਾਸਟ ਹੁੰਦੇ ਤੇਰੇ ਕੋਲ ਲੀੜੇ ਆਪਣੇ ਆਪ ਧੋਣਾ ਆਂਟੀ ਧੋ ਕੇ ਦਿੰਦੀ ਚਲੋ ਕੋਈ ਨੀ ਲੈ ਜਾਓ ਤੁਸੀਂ ਪਰ ਰੋਲ ਨਾਲ ਹੋਣਾ ਭਾਜੀ ਰੋਲ ਨਾਲ ਰਾਤ ਨੂੰ ਦੁੱਧ ਵੀ ਉਹਨੂੰ ਮਿਲਦਾ ਸੀ ਤੁਹਾਡੀ ਜ਼ਬਾਨ ਤੇ ਫੁੱਲ ਚੜ ਲੱਗੇ ਜੇ ਜੋ ਜਾਇਜ਼ ਦਾ ਬੰਦਾ ਆਪਾਂ ਦਵਾਵਾਂਗੇ ਇਹ ਧੱਕਾ ਕਿਸੇ ਨਾਲ ਵੀ ਨਹੀਂ ਹੋਣਾ ਚਾਹੀਦਾ ਜਿਸ ਦੀ ਉਮਰ 12 ਉਹਦੇ ਕੰਮ ਆ ਜਿਹਨੇ ਕਰੇ 11 ਤੋਂ 12 ਸਾਲ ਬਾਕੀ ਉਹ ਜਿਹੜੇ ਅਸੀਂ ਤੁਹਾਡੀ ਵੀਡੀਓ ਵੇਂਦੇ ਰਹਿੰਦੇ ਆ ਜਿਹੜੇ ਧੱਕੇ ਤੁਸੀਂ ਦੱਸਦੇ ਹੋ ਵੀਡੀਓ ਲੋਕਾਂ ਦੇ ਵੇਂਦੇ ਜੋ ਭਈਏ ਉਹ ਕੰਮ ਤਰੀਏ ਦਿਨ ਆ ਗਿਆ ਤੁਸੀਂ ਆਪਣੇ ਦਿਲੋਂ ਦੱਸ ਦਿਓ ਪਤਾ ਗੱਲ ਕੀ ਵੀ ਜੀ ਫੇਰ ਉਹ ਵਧੀਆ ਨੇ ਡਰੈਸ ਪਾਈ ਹੈ ਚਲੋ ਪਹੁੰਚੇ ਹੁਣ ਮੀਂਹ ਛਿੱਟ ਕੇ ਨਹੀਂ ਟੰਗੇ ਆ ਵਧੀਆ ਬੂਟ ਪਾਏ ਆ ਕੋਈ ਨੰਗੇ ਪੈਰੀ ਨਹੀਂ ਤੁਰਿਆ ਪਿੰਡਿਆ ਇੱਕ ਗੱਲ ਚਲੋ ਇਹ ਚੀਜ਼ ਉਹ ਚੱਲ ਰਹੀ ਹੈ ਨਾ ਹਾਂਜੀ ਇਹਦਾ ਨਵੇੜਾ ਤੁਸੀਂ ਆ ਵੀ ਦੇਖ ਲੈਣਾ ਵੀ ਇਹ ਠੀਕ ਆ ਓਕੇ ਆ ਅਸੀਂ ਨਹੀਂ ਕਹਿੰਦੇ ਵੀ ਇਹਨੇ ਕੱਪੜੇ ਮਾੜੇ ਪਾਏ ਆ ਅਸੀਂ ਨਹੀਂ ਕਹਿੰਦੇ ਮਾੜਾ ਕੀਤਾ
ਜੋ ਮਾੜਾ ਜਾਂ ਚੰਗਾ ਉਹ ਅਕਾਲ ਪੁਰਖ ਨੇ ਵੀ ਦੇਖਿਆ। ਜੇ ਆਪਾਂ ਸੋਚੀਏ ਠੀਕ ਆ ਐਡੇ ਬੱਚੇ ਨੂੰ ਸਾਰਾ ਦਿਨ ਗੋਹੇ 'ਚ ਲਾ ਛੱਡਾਂਗੇ, ਗੋਹਾ ਨਹੀਂ ਸੁੱਟਣਾ ਚਾਹੀਦਾ, ਫਿਰ ਐਡੇ ਬੱਚੇ ਦੇ ਜੇ ਇਹਨਾਂ ਦਾ ਪੁੱਤ ਹੈ ਕਿ ਬੱਚੇ ਦੇ ਆਪਣੇ ਪੁੱਤ ਦੇ ਕੱਪੜੇ ਆਪਾਂ ਤੋੜੇ 'ਚ ਪਾ ਕੇ ਡੰਗਰਾਂ ਵਾਲੇ ਵਰਗ ਮੈਂ ਇਹ ਆਹ ਨਾ ਵੀ ਜਿਸ ਤਰ੍ਹਾਂ ਬੰਦਾ ਲੱਦ ਲਿਆ ਹੈ ਜੇ ਉਹ ਗਲਤ ਥਾਂ ਗੁਜਰਾਂ ਨੂੰ ਦੇ ਦਿੰਦਾ ਵੀ ਆਪਾਂ ਸੋਚਦੇ ਵੀ ਇੱਥੇ ਫਿਰ ਵੀ ਆਣ ਕੇ ਹਾਂ ਚਲੋ ਆਪਣੇ ਘਰਾਂ 'ਚ ਇਹ ਆ ਵੀ ਥੋੜਾ ਆ ਜਾ ਦਾਦਾ ਵੀ ਤਿੰਨ ਟਾਈਮ ਮੈਨੂੰ ਰੋਟੀ ਮਿਲਦੀ ਸੀ ਰਾਤ ਨੂੰ ਦੁੱਧ ਮਿਲਦਾ ਸੀ ਚੱਲ ਇੰਨੇ ਨਾਲ ਇਹ ਵੀ ਭਲਾ ਹੋ ਗਿਆ ਹੁਣ ਤੁਸੀਂ ਆ ਗਏ ਜੋ ਹੋ ਸਕਦਾ ਟਿਕਾਣੇ ਅਕਾਲ ਪੁਰਖ ਕਿਰਪਾ ਕਰੇ ਜਿਸ ਨੂੰ ਇਸ ਪਿੰਡ ਵਿਚ ਲਵੀ ਨੇ ਪੂਰਾ ਨਾਂ ਕੀ ਤਰ੍ਹਾਂ ਜਿਸ ਨੂੰ ਇਸ ਪਿੰਡ ਵਿਚ ਲਵਪ੍ਰੀਤ ਸਿੰਘ ਨੇ ਸਾਡੇ ਅਨੁਸਾਰ ਸਾਲ ਆ ਇਹਦੇ ਵੀਰ ਦੇ ਅਨੁਸਾਰ ਅੱਠ ਆ ਤੁਸੀਂ ਅੱਠਾਂ ਦੇ ਹਿਸਾਬ ਨਾਲ ਤੁਸੀਂ ਦੱਸ ਦੋ ਆਪਾਂ ਇਹਦੇ ਜੋ ਚਾਰ ਲੈਣਾ ਲਿਖ ਲਈਏ ਦੋ ਮਿੰਟ ਵੀਰ ਨਾਲ ਸਲਾਹ ਕਰ ਲਓ ਭਾਵੇਂ ਦੇਖੋ ਕਹਿੰਦੇ ਆ ਵੀ ਮੁੜ ਕੇ ਕਹਿਣਾ ਵੀ ਇਹਦੇ ਬੱਚਾ ਹੈ ਕਿੰਨਾ ਕੰਮ ਕਰ ਵੀਡੀਓ ਬਣ ਰਹੀ ਹੈ ਨਾ ਪ੍ਰੋਪਰ ਤੁਸੀਂ ਮਾਂ ਪਿਓ ਲੱਭ ਲਓ 5000 ਰੁਪਿਆ ਮੇਰੇ ਲੋ ਸੇਵਾ ਰਹੀ ਕੱਲੀ ਟੋਟਲ 8 ਮਹੀਨੇ ਨਾ ਮੇਰੇ ਲੋ ਮੇਰੇ ਲੋ ਉਧਰ ਤੋਂ ਜਿਹੜੇ ਲੈਣੇ ਵੱਖਰੇ ਵੀਰੇ ਕੀ ਦੇਗਾ ਮਹੀਨੇ ਦਾ ਇੱਕੋ ਗੱਲ ਕਰੀ ਮੇਰਾ ਵੀਰ 12 ਡੰਗਰ 11 ਜੋ ਵੀ ਮਰਜ਼ੀ ਹੈ ਜੋ ਤੇਰੇ ਘਰ ਕੀਤਾ ਸਾਨੂੰ ਨਹੀਂ ਪਤਾ ਤੂੰ ਇਹਦੀ ਮਹੀਨੇ ਦੀ ਕੀ ਤਨਖਾਹ ਦੇਗਾ ਇਹਨੂੰ ਤੈਨੂੰ ਨਵੇੜੀਏ ਜਲਦੀ ਕੰਮ ਕਰੀਏ ਖਤਮ ਬਸ ਤੁਸੀਂ ਕਰ ਲਓ ਆਪਣੇ ਹਿਸਾਬ ਨਾਲ ਨਹੀਂ ਤੂੰ ਵੀ ਜਾਇਜ਼ ਕਰ ਲਓ ਤੁਹਾਨੂੰ ਪਤਾ ਕੰਮ ਤੇ ਕਿੰਨਾ ਅਸੀਂ ਤੇ ਸਾਰੀ ਤੇਰੇ ਤੇ ਸੁੱਟ ਗਈ ਜੋ ਸਾਡਾ ਭਰਾ ਕਹਿ ਦੂ ਗੱਲ ਖਤਮ ਅਸੀਂ ਮੈਂ ਵੀਰ ਨੂੰ ਕੀ ਕਿਹਾ ਮੈਂ ਕਿਹਾ ਦੇਖੋ ਮੈਂ ਕਿਹਾ ਤੇਰੀ ਨਿਗਾਹ ਦੇ ਵਿੱਚ ਦੁੱਧ ਦੁੱਧ ਤਿੰਨ ਟਾਈਮ ਦੀ ਰੋਟੀ ਉਹ ਸਾਰਾ ਕੁਝ ਵੀਡੀਓ ਚ ਹੋਣਾ ਕੁਝ ਨਹੀਂ ਕੱਟਿਆ ਜਾਣਾ ਚਲੋ ਜਿੰਨਾ ਚਿਰ ਵੀ ਉਹਨਾਂ ਦੇ ਕੋਲ ਕੰਮ ਕਰਾਇਆ ਠੀਕ ਹੈ ਫਾਜ਼ ਤੇ ਮਤਲਬ ਵਧੀਆ ਕੀਤੀ ਹੈ ਨਹੀਂ ਫਿਰ ਐਂਡ ਦੇ ਵੀ ਉਹ ਤੁਸੀਂ ਆ ਗਏ ਜੋ ਨਹੀਂ ਮਾਂ ਪਿਓ ਲੱਭਾ ਸਾਡੀ ਨਿਗਾਹ ਤੇ ਉਹਨਾਂ ਰੋਗ ਨਹੀਂ ਕੀਤੀ ਜੀ ਸਾਡੇ ਤੁਸੀਂ ਬੜਾ ਸਾਡੀ ਨਿਗਾਹ ਤੇ ਗਲਤ ਹੈ ਇਹਨਾਂ ਦੀ ਨਿਗਾਹ ਤੇ ਸਹੀ ਆ ਬਿਲਕੁਲ ਆਪਾਂ ਕੀ ਕਿਹਾ ਕਿ ਵੀਰੇ ਕੱਪੜਿਆਂ ਬੋਲਿਆ ਵਿਧੀ ਉਹਨਾਂ ਕੋਲ ਸਾਰਾ ਕੁਝ ਹੋਣਾ ਚਲੋ ਆਪਾਂ ਬੱਚੇ ਤੋਂ ਵੀ ਬਾਕੀ ਤੁਸੀਂ ਵੇਂਦੇ ਜੋ ਹਾਲਾਤ ਤੁਸੀਂ ਬੰਦਿਆਂ ਦੇ ਕਿੰਨਾ ਗੋਇਆ ਸਿਰ ਤੇ ਕਿੱਥੇ ਜੰਮਿਆ ਮੈਂ ਕਿਹਾ ਸੀ ਕੁਝ ਨਹੀਂ ਕੱਟਣਾ ਸਾਡੀ ਭੈਣ ਕਹਿੰਦੀ ਆ ਕਿ ਠੀਕ ਆ ਵਧੀਆ ਅਸੀਂ ਕਿਹਾ ਠੀਕ ਆ ਭੈਣੇ ਸਾਡੇ ਪੁੱਤ ਨੂੰ ਕੋਈ ਲੈ ਜੇ ਸਾਲ ਬਾਅਦ ਸਾਨੂੰ ਮਿਲੇ ਅਸੀਂ ਉਹਦੀ ਧੌਣ ਤੇ ਪਹਿਲਾਂ ਗੋਡਾ ਰੱਖਾਂਗੇ ਜੇ ਵੀਰ ਦਾ ਬੱਚਾ ਸਾਲ ਬਾਅਦ ਮਿਲਦਾ ਨਾ ਇਹਨੇ ਹੋਣੂ ਉਹਦਾ ਮੂੰਹ ਸਿਰ ਪਾਲਿਆ ਹੋਣਾ ਤੇ ਆਪਾਂ ਵੀ ਇਹਦੇ ਨਾਲ ਪੂਰਾ ਡੇ ਹੋਣਾ ਸੀ ਠੀਕ ਨੀ ਮੈਂ ਉਹ ਚੀਜ਼ਾਂ ਲਿਆ ਕੇ ਦਿੱਤਾ ਮੈਂ ਉਹਨੂੰ ਕਿਹਾ ਮੈਂ ਡਰੈਸ ਦੱਸ ਦਿਆਂ ਤੁਹਾਨੂੰ ਨਹੀਂ ਉਹਦਾ ਦੋ ਤੁਸੀਂ ਡਰੈਸ ਲਿਖ ਕੇ ਦੇ ਮੇਰਾ ਵੀਰ ਦੱਸ ਦਿਓ ਉਹਦਾ ਕਿੱਥੇ ਰਹਿੰਦਾ ਉਹ ਕਿਉਂਕਿ ਦੇਖੋ ਫੋਨ ਕਰ ਲਿਓ ਤੁਸੀਂ ਨਹੀਂ ਕੋਈ ਤੇ ਤੈਅ ਤੱਕ ਹੀ ਸ਼ਾਇਦ ਜਾਇਆ ਜਾ ਦੇਖੋ ਕਾਰਵਾਈ ਨਾ ਵੀ ਕਰੀਏ ਪਰ ਉਸ ਬੰਦੇ ਨੂੰ ਸੰਗਤ ਸਾਹਮਣੇ ਤੇ ਲਿਆਈਏ ਦੂਸਰੀ ਗੱਲ ਇਹ ਆ ਕਿ ਗਾਂ ਇਹੋ ਜੀ ਗਲਤੀ ਨਾ ਕਰੇ ਗਾਂ ਇਹੋ ਜੀ ਗਲਤੀ ਨਾ ਕਰੇ ਕੋਈ ਨਹੀਂ ਕੱਪੜੇ ਪਹਿਲਾਂ ਵੇਖ ਲਓ ਨਾ ਪਾਉਣ ਯੋਗ ਹੈ ਵੀ ਆ ਕਿ ਨਹੀਂ ਹੈ ਹੁਣ ਆ ਵੀ ਭਾਜੀ ਅਸੀਂ ਵਿੱਚ ਲੈ ਆਉਣੀ ਚੀਜ਼ ਸਾਡਾ ਬੱਚਾ ਹੁੰਦਾ ਤਾਂ ਉਹਦੇ ਕੱਪੜੇ ਤੋੜੇ ਚ ਨਾ ਹੁੰਦੇ ਮੇਰੇ ਬੱਚੇ ਨੇ ਵੀ ਲਮਾਰੀ ਮੱਲੀ ਆ ਬਿਲਕੁਲ ਬਿਲਕੁਲ ਸਾਡੇ ਪੁੱਤ ਨੇ ਥੋੜਾ ਵੱਡਾ ਹੋਇਆ 10 ਸਾਲ ਦਾ ਉਹਨੇ ਲਮਾਰੀ ਮੱਲਣੀ ਉਹਨੇ ਮੋਟਰਸਾਈਕਲ ਵੀ ਮੰਗਣਾ ਉਹਨੇ ਫੋਨ ਵੀ ਮੰਗਣਾ ਨਹੀਂ ਜੀ ਨਹੀਂ ਇਹ ਵੀ ਚੀਜ਼ ਵਿੱਚੇ ਆਉਣੀ ਆ ਆਉਣੀ ਜੀ ਆਉਣੀ ਜੋ ਆਪਾਂ ਜਿੰਨੇ ਮਰਜ਼ੀ ਸੱਚੇ ਹੋ ਜਾਈਏ ਪਰ ਉਹਦੀ ਇੱਕ ਦਰਗਾਹ ਹੈਗੀ ਮੈਂ ਤਾਂ ਵੀਰ ਨੂੰ ਇਹੋ ਕਿਹਾ ਕਿ ਸਾਰਾ ਟੱਬਰ ਗੁਰੂ ਘਰੇ ਜਾਇਓ ਜਾ ਕੇ ਤੇ ਆਪਣਾ ਗਲਤੀ ਮੰਨਿਓ।
ਗੱਲ ਖਤਮ। ਚਲੋ ਭਾਜੀ ਰੱਖ ਲਓ, ਕੋਈ ਨੀ ਰੱਖ ਲਓ, ਮੈਂ ਪਾਉਣ ਯੋਗ ਤੇ ਹੈਗੇ ਲੱਗਦੇ ਤੇ ਹੈ ਨੀ ਹੈ ਸਿਆਲ ਵਾਲੇ ਆ। ਆਹ ਦੇਖੋ ਆਹ ਹੁਣ ਸਿਆਲ ਵਾਲੇ ਆ, ਦੇਖੋ ਸਰਪੰਚ ਸਾਹਿਬ ਸਿਆਲ ਵਾਲੇ ਕੱਪੜੇ ਧੋ, ਆਪਾਂ ਸਿਆਲ ਵਾਲੇ ਕੱਪੜੇ ਧੋ ਕੇ ਬੈਡਾਂ ਧੋ ਕੇ ਰੱਖਦੇ ਹੋ ਤੇ ਸਿਆਲ ਵਾਲੇ ਵੀ ਤੋੜੇ ਚ ਰੱਖਨੇ ਨਹੀਂ ਰਹਿੰਦੇ ਕੱਪੜੇ ਰਹਿੰਦੇ 8 ਮਹੀਨੇ ਨਹੀਂ ਹੋਏ। ਜਿੰਨੇ ਵੀਰ ਨੇ ਦੱਸਿਆ ਵਾ ਉਹ ਵੀ ਇਹਨਾਂ ਦੇ ਪਿੰਡ ਦਾ ਹੀ ਆ। ਓਕੇ ਸਰ, ਜਿੰਨੇ ਦੱਸਿਆ ਉਹ ਵੀ ਇਸ ਵੀਰ ਦੇ ਪਿੰਡ ਦਾ ਹੀ ਆ। ਆਹੋ ਕੋ ਲੰਬੋ ਦੇ ਕੋ ਲੰਬੋ ਨਹੀਂ ਆਇਆ, ਨਾਮ ਨਹੀਂ ਆਉਂਦਾ, ਸਾਰਾ ਕੁਝ ਔਨ ਰਿਕਾਰਡ ਹੋਇਆ। ਸਾਰੇ ਸੱਜਣ ਵੀ ਨਹੀਂ, ਸਾਰੇ ਦੁਸ਼ਮਣ। ਜੇ ਅੱਜ ਤੁਸੀਂ ਇਹਦੇ ਹੱਕ ਲਈ ਆਏ ਹੋ ਨਾ, ਉਹਦੇ ਮਨ ਚ ਦਰਦ ਆ। ਸਰਪੰਚ ਸਾਹਿਬ ਤੁਸੀਂ ਅੱਜ ਆਏ ਜਿਸ ਵੀਰ ਦੇ ਹੱਕ ਲਈ, ਹਾਂਜੀ ਨਹੀਂ ਕੁਛ ਦਿਨ ਪਹਿਲਾਂ ਆਏ ਆ ਇਹਦੇ ਬੱਚੇ ਦੇ ਹੱਕ ਲਈ, ਹੁਣ ਕਰਕੇ ਆਏ ਆ ਆਪਾਂ ਜੀ, ਆਪਾਂ ਕਿਸੇ ਦੇ ਹੱਕ ਵੇਖ ਕੇ ਵੇਖੋ ਕਿਸੇ ਦੇ ਆਪਾਂ। ਪਰ ਇਹ ਮੰਨੇ ਨਾ ਮੰਨੇ ਸੰਗਤ ਜੀ, ਪਰ ਦੇਖੋ ਕੱਲਾ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਣਾ ਹੀ ਮਤਲਬ ਨਹੀਂ ਹੈਗਾ ਵੀ ਗੁਰੂ ਘਰ ਤਾਂ ਰੋਜ਼ ਜਾਂਦੇ ਹੋਣਗੇ ਵੀਰੇ ਹੋਣੀ, ਪਰ ਕੀ ਜਦੋਂ ਅਸੀਂ ਉਸ ਗੁਰੂ ਦੇ ਸਾਹਮਣੇ ਨਤਮਸਤਕ ਹੋਏ ਹਾਂ ਕਿ ਸਾਡੇ ਅੰਦਰੋਂ ਆਵਾਜ਼ ਨਹੀਂ ਆਈ ਕਿ ਜਿਹੜਾ ਮੇਰੇ ਘਰੇ 10 ਸਾਲ ਦਾ ਬੱਚਾ ਜਿਹਦੇ ਕੋਲ ਮੈਂ ਗੋਹਾ ਵੀ ਬਿਨਾਂ ਬਿੰਨੂ ਤੋਂ ਸਟਾਉਣ ਡਿਆ, ਜਿਹੜਾ ਸਾਰਾ ਦਿਨ ਗੋਹੇ 'ਚ ਹੀ ਲੱਗਾ ਰਹਿੰਦਾ, ਸਾਡੇ ਅਕਾਲ ਪੁਰਖ ਨੇ ਤਾਂ ਦੇਖਿਆ ਹੀ ਹੋਊ ਨਾ। ਆਪਣਾ ਇਤਿਹਾਸ ਵੀ ਕੀ ਆ, ਦੂਜਿਆਂ ਲਈ ਲੜਨਾ ਤੇ ਮਰਨਾ, ਪਰ ਪਤਾ ਨਹੀਂ ਕਿਉਂ ਅਸੀਂ ਕੁਛ ਕੁ ਲੋਕ ਕਿਤੇ ਨਾ ਕਿਤੇ ਦੇਣ ਤੇ ਗੋਆ ਕਿਤੇ ਵੀ ਕਿਤੇ ਗਾਉਂਸ਼ਾਲਾ ਤੇ ਮੈਂ ਭੁੱਲਿਆ ਹੀ ਨਹੀਂ। ਉਹ 9-10 ਡੰਗਰਾਂ ਦਾ ਬੱਚਾ ਆ, ਮੈਂ ਤੁਹਾਨੂੰ ਆਖਿਆ ਇਹਨੂੰ ਵੀਰ ਨੂੰ ਘੰਟਾ ਲੱਗਣਾ, ਉਹਨੂੰ 2 ਘੰਟੇ ਲੱਗਣਾ। ਸਾਰੀ ਤੁਸੀਂ ਦੇਖ ਹੀ ਲਈ ਆ ਵੀਡੀਓ, ਸਾਡੇ ਲਈ ਇਹ ਪਹਿਲਾਂ ਨੇ, ਇਹ ਬਾਅਦ 'ਚ ਆ, ਕਿਉਂਕਿ ਸਾਡੀ ਜਨਮ ਭੂਮੀ ਇਹ ਆ, ਅਸੀਂ ਵਾਸੀ ਪੰਜਾਬ ਦੇ ਹਾਂ। ਬਾਕੀ ਕਮੀਆਂ ਹਰ ਇਨਸਾਨ 'ਚ ਹੈ, ਗਲਤੀਆਂ ਸਾਡੇ ਤੋਂ ਵੀ ਬਹੁਤ ਹੁੰਦੀਆਂ ਨੇ, ਆਉਣ ਵਾਲੇ ਸਮੇਂ 'ਚ ਹੋਣਗੀਆਂ ਵੀ। ਉਹਦੇ ਤਹਿਤ ਇਹ ਸਾਡਾ ਵੀਰ ਹੈ, ਸਾਡਾ ਭਰਾ ਆ, ਇਹਦੇ ਤੋਂ ਵੀ ਗਲਤੀ ਹੋਈ। ਕਈ ਵਾਰੀ ਇਨਸਾਨ ਲਾਲਚ ਦੇ ਵੱਸ ਪੈ ਜਾਂਦਾ, ਕਈ ਵਾਰੀ ਇਨਸਾਨ ਸੋਚਦਾ ਚੱਲ ਕੋਈ ਨਹੀਂ ਯਾਰ, ਆਪਾਂ ਸਾਡਾ ਘਰ ਦਾ ਕੰਮ ਨਿਬੜ ਰਿਹਾ। ਬਾਕੀ ਇਸ ਸਤਿਕਾਰਯੋਗ ਵੀਰ ਹੁਣੀ ਵੀ ਇਸੇ ਪਿੰਡ ਦੇ ਨੇ, ਸਰਪੰਚ ਸਾਹਿਬ ਨੇ। ਸਰਪੰਚ ਸਾਹਿਬ ਆਪਣਾ ਨਾਮ ਜੀ? ਗੁਰਵਿੰਦਰ ਸਿੰਘ ਜੀ। ਗੁਰਵਿੰਦਰ ਸਿੰਘ ਜੀ ਆਪਣਾ? ਰਣਜੋਤ ਸਿੰਘ। ਰਣਜੋਤ ਸਿੰਘ, ਸੋ ਇਹ ਵੀਰ ਜਾਂ ਜਿੰਨੀ ਸਾਡੀ ਟੀਮ ਆਈ ਹੋਈ ਆ, ਸਾਰੇ ਸਤਿਕਾਰਯੋਗ ਨੇ, ਸੋ ਹੁਣ ਅਸੀਂ ਇਸ ਬੱਚੇ ਨੂੰ ਲੈ ਕੇ ਜਾ ਰਹੇ ਹਾਂ, ਪਹਿਲ ਦੇ ਆਧਾਰ 'ਤੇ ਇਸ ਵੀਰ ਦਾ ਬੱਚੇ ਦਾ ਘਰ ਲੱਭਾਂਗੇ ਜੀ। ਇਹ ਆਪਦੀ ਭੁੱਲ ਜਿਹੜੀ ਆ ਉਸ ਗੁਰੂ ਸਾਹਿਬ ਦੇ ਅੱਗੇ ਬਖਸ਼ਾਉਣਗੇ, ਨਾ ਕਿ ਸਾਡੇ ਜਾਂ ਦੁਨੀਆ ਦੇ ਅੱਗੇ, ਕਿਉਂਕਿ ਬਖਸ਼ਣਯੋਗ ਆ ਪਰਮਾਤਮਾ ਅਕਾਲ ਪੁਰਖ। ਇਹ ਇਹਨਾਂ ਦੀ ਮਰਜ਼ੀ, ਜੇ ਇਹਨਾਂ ਨੂੰ ਲੱਗੂ ਅਸੀਂ ਗਲਤ ਕੀਤਾ ਤਾਂ ਇਹ ਆਪਣਾ ਗੁਰੂ ਘਰੇ ਜਾ ਕੇ ਭੁੱਲ ਬਖਸ਼ਾ ਸਕਦੇ ਆ, ਕਿਉਂਕਿ ਅਸੀਂ ਵੀ ਬੱਚਿਆਂ ਵਾਲੇ ਹਾਂ। ਸੋ ਇਸ ਵੀਰ ਦੇ ਵੱਲੋਂ 20,000 ਰੁਪਈਆ ਤਾਂ ਦੋਨਾਂ ਵੀਰਾਂ ਦੇ ਵੱਲੋਂ 5,000 ਰੁਪਈਆ, ਯਾਨੀ ਕਿ ਟੋਟਲੀ 30,000 ਰੁਪਈਆ ਇਸ ਬੱਚੇ ਦਾ ਪਰਿਵਾਰ ਲੱਭਣ ਮਗਰੋਂ ਇਸ ਦੇ ਪਰਿਵਾਰ ਦੇ ਹੱਥ 'ਤੇ ਧਰਿਆ ਜਾਊਗਾ। ਜੇਕਰ ਨਹੀਂ ਲੱਭਦਾ, ਲਗਭਗ ਘੱਟ ਤੋਂ ਘੱਟ 3 ਮਹੀਨੇ ਤੱਕ ਅਸੀਂ ਵੇਟ ਕਰਾਂਗੇ। ਜੇ ਬੱਚੇ ਦਾ ਪਰਿਵਾਰ ਲੱਭ ਜਾਂਦਾ ਠੀਕ ਹੈ, ਨਹੀਂ ਲੱਭਦਾ ਤਾਂ ਇਹ ਆਪਦੇ ਪਿੰਡ ਦੇ ਵਿੱਚ ਕਿਸੇ ਦਾ ਇਲਾਜ ਜਾਂ ਕਿਸੇ ਦੀ ਛੱਤ ਜਾਂ ਕਿਸੇ ਦੇ ਕਿਸੇ ਵੀ ਸੇਵਾ ਕਾਰਜ ਦੇ ਵਿੱਚ ਤੁਸੀਂ ਉਹ ਸੇਵਾ ਵਰਤ ਸਕਦੇ ਹੋ। ਸਾਡੇ ਧਿਆਨ 'ਚ ਲਿਆ ਕੇ ਜਦੋਂ ਬੱਚੇ ਦੇ ਮਾਂ ਪਿਓ ਨੂੰ ਦੇਣੀ ਹੈ ਤਾਂ ਅਸੀਂ ਤੁਹਾਡੇ ਧਿਆਨ 'ਚ ਲਿਆ ਦਾਂਗੇ, ਠੀਕ ਹੈ ਜੀ? ਇਹ ਸਾਡਾ ਫੈਸਲਾ ਨਿਬੜਿਆ ਜੀ। ਕਿਸੇ ਵੀ ਵਿਵਾਦ ਕਿਸੇ ਵੀ ਕਿੰਤੂ ਪਰੰਤੂ ਦੇ ਵਿੱਚ ਨਹੀਂ ਆਉਣਾ ਚਾਹੁੰਦੇ। ਕਮੈਂਟਾਂ ਵਾਲੀ ਸੰਗਤ ਵੀ ਸਾਡੇ ਲਈ ਸਤਿਕਾਰਯੋਗ ਹੈ, ਕੋਈ ਵੀ ਕਮੈਂਟ ਕਿਸੇ ਮਰਿਆਦਾ 'ਚ ਰਹਿ ਕੇ ਕਰਿਆ ਕਰੋ, ਇਹ ਸਾਡੀ ਬੇਨਤੀ ਹੈ ਹਮੇਸ਼ਾ। ਆਪਾਂ ਜਿਹੜੇ ਵੀਰ ਕਮੈਂਟ ਕਰਦੇ ਨੇ ਉਹ ਵੀ ਇੱਕ ਵਾਰੀ ਅੱਖਾਂ ਬੰਦ ਕਰਕੇ ਸੋਚਣ, ਤਾਂ ਉਹ ਵੀ ਬਥੇਰੀਆਂ ਗਲਤੀਆਂ ਕਰਦੇ ਹੋਣਗੇ। ਸੋ ਆਪਾਂ ਗਲਤੀਆਂ ਦੇ ਪੁਤਲੇ ਹਾਂ, ਗਲਤੀਆਂ ਕਰਨੀਆਂ, ਪਰਮਾਤਮਾ ਬਖਸ਼ਣਯੋਗ ਹੈ ਜੀ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਹੁਣ ਅਸੀਂ ਗੁਰੂ ਵੀਰ ਨੂੰ ਲੈ ਕੇ ਚੱਲੇ ਹਾਂ ਜੀ, ਗੁਰੂ ਸਾਹਿਬ ਚੜ੍ਹਦੀ ਕਲਾ 'ਚ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਵੀਡੀਓ 'ਚ ਸਾਰਾ ਕੁਝ ਕਿ ਵਿੱਚੋਂ ਕੱਟੋਗੇ ਤੁਸੀਂ? ਇਹਦੇ 'ਚ ਸਾਰਾ ਹੀ ਆਊਗਾ, ਕੋਈ ਇਤਰਾਗ ਜੋਤ ਸ਼ਬਦ ਜਿਹੜਾ ਉਹ ਕੱਟਾਂਗੇ। ਆਸ਼ਰਮ ਦੇ ਵਿੱਚ ਮੰਜਿਆਂ ਦੀ, ਕੁਰਸੀਆਂ ਦੀ, ਰਾਸ਼ਨ ਦੀ ਲੋੜ ਹਮੇਸ਼ਾ ਬਣੀ ਰਹਿੰਦੀ ਹੈ ਜੀ। ਇੱਕ ਅਸੀਂ ਜਿਹੜਾ ਵੱਡਾ ਹਾਲ ਬਣਾ ਰਹੇ ਹਾਂ, ਰੇਤਾ ਬਜਰੀ ਸੀਮਟ ਦੀ ਲੋੜ ਹੈ, ਸਾਡਾ ਸਾਥ ਜ਼ਰੂਰ ਦਿਓ ਜੀ। ਸਾਰੇ ਹੀ ਹਾਲਾਤ ਤੁਸੀਂ ਦੇਖੇ ਆ ਜੀ, ਇਹ ਬੱਚਾ ਬਿਲਕੁਲ ਖੁਸ਼ ਹੈ, ਚੜ੍ਹਦੀ ਕਲਾ 'ਚ ਹੈ। ਪਹਿਲਾਂ ਤਾਂ ਤੂੰ ਮੈਨੂੰ ਇਹ ਦੱਸ ਵੀ ਐਡਾ ਵੱਡਾ ਗੋਹੇ ਦਾ ਬਾਲਟਾ ਕਿੱਦਾਂ ਚੁੱਕ ਲੈਂਦਾ ਸੀ ਭਰਿਆ?
ਆਪਾਂ ਜੱਟਾਂ ਦੇ ਪੁੱਤ ਆ, ਆਪਾਂ ਕੁਛ ਵੀ ਕਰ ਸਕਦੇ ਆ। ਓਏ ਵਾਹ ਜੀ ਵਾਹ, ਜੱਟਾਂ ਦੇ ਪੁੱਤ ਕਹਿੰਦਾ ਯੱਟ ਹੀ ਹੁੰਦੇ ਆ ਜੀ। ਸੋ ਪੂਰੀ ਪਿਓਰ ਪੰਜਾਬੀ ਬੋਲਦਾ ਇਹ ਬੱਚਾ, ਇਹਨੂੰ ਅਸੀਂ ਕਹਿੰਦੇ ਆ ਕਿ ਤੂੰ ਸ਼ਾਇਦ ਪੰਜਾਬੀ ਨਹੀਂ ਹੈਗਾ, ਪਰ ਕਹਿੰਦਾ ਨਹੀਂ ਭਾਵੇਂ ਅਸੀਂ ਰਾਜ ਭਾਵੇਂ ਮੇਰੇ ਪਿਤਾ ਦਾ ਨਾਂ ਰਾਜਕੁਮਾਰ ਹੈ ਪਰ ਅਸੀਂ ਪੰਜਾਬੀ ਹਾਂ, ਰਾਜਪੁਰੇ 'ਚ ਸਾਰੇ ਪੰਜਾਬੀ ਨੇ, ਕਿਉਂਕਿ ਪੰਜਾਬ ਦੇ ਵਿੱਚ ਜਿੰਨੇ ਵੀ ਰਹਿ ਰਹੇ ਨੇ ਸਾਡੇ ਹਿੰਦੂ ਪਰਿਵਾਰ ਵੀ ਰਹਿ ਰਹੇ ਨੇ, ਉਹ ਵੀ ਪੰਜਾਬੀ ਹੈ। ਸੋ ਇਹ ਬੱਚਾ ਪਿਓਰ ਪੰਜਾਬੀ ਬੋਲਦਾ, ਬੱਚਾ ਪੜ੍ਹਿਆ ਵੀ ਆ, ਤੈਨੂੰ ਕਿੰਨਵੀਂ ਕਲਾਸ ਤੱਕ ਪੜ੍ਹਿਆ? 6ਵੀਂ ਤੱਕ। 6ਵੀਂ ਤੱਕ ਬੱਚਾ ਪੜ੍ਹਿਆ ਜੀ ਰਾਜਪੁਰੇ ਸਕੂਲ 'ਚ, ਕਹਿੰਦਾ ਮੈਂ 4 ਕੀਤੀਆਂ। ਪਰ ਦੇਖੋ ਛੋਟੇ ਬੱਚੇ ਨੂੰ ਆਪਣੇ ਸਵਾਰਥ ਲਈ ਘਰ ਰੱਖਿਆ, ਸਾਡਾ ਭਰਾ ਕਹਿੰਦਾ ਬੜੀ ਸੇਵਾ ਕਰਦੇ ਆ, ਤੈਨੂੰ ਕਦੀ ਉਹਨਾਂ ਨੇ ਦੁਕਾਨ ਤੇ ਤੇਰੇ ਮੇਚੇ ਦੇ ਕੱਪੜੇ ਲੈ ਕੇ ਦਿੱਤੇ? ਤੈਨੂੰ ਕਦੀ ਦੁਕਾਨ ਤੇ ਖੜ ਕੇ ਵੀ ਆ ਤੈਨੂੰ ਕੱਪੜੇ ਲੈ ਦਈਏ? ਨਹੀਂ। ਠੀਕ ਹੈ, ਇੱਥੇ ਕੱਪੜੇ ਪਏ ਸੀ, ਉਹ ਕਿੱਥੇ ਗਏ ਡਾਕਟਰ ਸਾਹਿਬ? ਕਦੇ ਵੀ ਇਸ ਬੱਚੇ ਨੂੰ ਇਹਦੇ ਮੇਚੇ ਦੇ ਕੱਪੜੇ ਨਹੀਂ ਦਿੱਤੇ, ਅਸੀਂ ਤਾਂ ਤੋੜਾ ਕੱਪੜਿਆਂ ਦਾ ਉੱਥੇ ਛੱਡ ਆਏ ਆ, ਇੱਕ ਲਿਫਾਫੇ 'ਚ ਕੱਪੜੇ ਲੈ ਕੇ ਆਉਂਦੇ ਜਿਹੜੇ ਇਹਨੂੰ ਪੂਰੇ ਵੀ ਨਹੀਂ ਆਉਂਦੇ। ਜਿਹੜੇ ਤੇਰੇ ਕੱਪੜੇ ਲਿਫਾਫੇ 'ਚੋਂ ਕੱਢੇ ਉਹਦੇ ਬਹੁਤ ਵੱਡੇ, ਉਹ ਕੱਪੜੇ ਕਿੱਥੋਂ ਆਏ ਤੇਰੇ ਕੋਲ? ਉਹਨਾਂ ਦੇ ਘਰ 'ਚ ਜਿਹੜਾ ਕੰਮ ਕਰਦਾ ਸੀ ਉਹਨਾਂ ਨੇ ਉਹਨੇ ਦਿੱਤੇ ਸੀ ਮੈਨੂੰ ਕੱਪੜੇ। ਸੋ ਦੇਖੋ ਸੰਗਤ ਜੀ, ਤੁਸੀਂ ਗੋਵਾ ਸਟਾ ਰਹੇ ਹੋ, ਰੋਟੀ 3 ਟਾਈਮ, ਦੁੱਧ ਦੇ ਤਾ, ਬਸ ਖਤਮ ਕਹਾਣੀ। ਕਮ ਸੇ ਕਮ ਬੱਚੇ ਨੂੰ ਜਿੰਨੀ ਕੁ ਮਿਹਨਤ ਕਰਦਾ ਉਹਦੇ ਕੱਪੜੇ ਤਾਂ ਮੁੱਲ ਲੈ ਦਿਓ। ਕੱਪੜੇ ਜਿਹੜੇ ਆ ਜੀ ਇਹਦੇ ਸਾਈਜ਼ ਤੋਂ ਐਡੇ ਵੱਡੇ ਆ ਨਾ, ਉਹ ਅਸੀਂ ਦਿਖਾਉਣੇ ਸੀ ਸੰਗਤ ਨੂੰ, ਪਰ ਉਹ ਸਾਡੇ ਸੇਵਾਦਾਰ ਨੇ ਕੀ ਕੀਤਾ, ਮਸ਼ੀਨ ਦੇ ਵਿੱਚ ਸੁੱਟ ਦਿੱਤੇ ਵੀ ਚੱਲ ਆਪੇ ਕਿਸੇ ਨਾ ਕਿਸੇ ਨੂੰ ਪੂਰੇ ਆ ਜਾਣਗੇ। ਪਰ ਇਹਦੇ ਕੱਪੜੇ ਵੀ ਉਹ ਪੂਰੇ ਸਾਈਜ਼ ਦੇ ਨਹੀਂ, ਤੇ ਪੁੱਤ ਤੂੰ ਉੱਥੋਂ ਕਦੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਦੇ ਘਰੋਂ? ਇੱਕ ਵਾਰ ਭੱਜਿਆ ਸੀ ਉਹਨਾਂ ਦੇ ਦੋਸਤ ਨੇ, ਫਿਰ ਉਹਨਾਂ ਨੇ ਅੰਦਰ ਕਰਤਾ। ਉਹ ਕੌਣ ਸੀ ਜਿਹੜਾ ਤੈਨੂੰ ਦੁਬਾਰੇ ਜਿੰਨੇ ਫੜਿਆ? ਉਹਨਾਂ ਉਹ ਡਾਕਟਰ ਸੀ। ਨਾਂ ਪਤਾ ਉਹਦਾ ਕੋਈ? ਡਾਕਟਰ ਰਣਜੀਤ। ਡਾਕਟਰ ਰਣਜੀਤ ਹੈ ਜੀ ਉਸ ਪਿੰਡ ਦਾ? ਉਹ ਡਾਕਟਰ ਰਣਜੀਤ ਨੇ ਨਾ ਫਿਰ ਅੰਦਰ ਕਰਤਾ, ਕਹਿੰਦੇ ਤੈਨੂੰ ਕੁੱਟਣਾ ਵੀ ਆਪਾਂ। ਇਹ ਬੱਚਾ ਇੱਕ ਵਾਰ ਉੱਥੋਂ ਭੱਜਾ ਵੀ ਹੈ, ਪਰ ਡਾਕਟਰ ਰਣਜੀਤ ਹੈ ਜੀ ਉਸ ਪਿੰਡ ਤੋਂ, ਜਿੰਨੇ ਵੀਰ ਨੇ ਫੜ ਕੇ ਫਿਰ ਉਹਨਾਂ ਨੂੰ ਫੜਾਤਾ। ਯਾਰ ਭਾਈ ਪਰਮਾਤਮਾ ਨੂੰ ਕੀ ਮੂੰਹ ਵਿਖਾਓਗੇ, ਦੁਨੀਆਂ 'ਚ ਸੱਚੇ ਹੋ ਜਾਗੇ? ਉਹ ਵੀਰ ਦੇਖੋ ਪੂਰੀ ਵੀਡੀਓ ਦੇ ਵਿੱਚ ਕਿਤੇ ਵੀ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ। ਬਹੁਤ ਸਾਰੀਆਂ ਗੱਲਾਂ ਹੁੰਦੀਆਂ ਕਈ ਵਾਰੀ ਸਾਡੇ ਦਿਮਾਗ ਦੇ ਵਿੱਚੋਂ ਸਕਿੱਪ ਕਰ ਜਾਂਦੀਆਂ, ਨਿਕਲ ਜਾਂਦੀਆਂ, ਅਸੀਂ ਨਹੀਂ ਕਰ ਪਾਉਂਦੇ। ਪਰ ਇਹ ਬੱਚਾ ਵੇਖੋ 6 ਕਲਾਸਾਂ ਪੜ੍ਹਿਆ, ਬੱਚੇ ਦਾ ਪਰਿਵਾਰ ਵੀ ਆਪਾਂ ਲੱਭਣਾ। ਤੇਰੇ ਭਰਾ ਦਾ ਕੀ ਨਾਂ ਪੁੱਤ? ਰਿਸ਼ਵ। ਰਿਸ਼ਵ, ਤੂੰ ਮੈਨੂੰ ਹੁਣ ਇੱਕ ਵਾਰੀ ਕਲੀਅਰ ਦੱਸ, ਤੇਰਾ ਕੀ ਨਾਂ ਹੈ? ਗੌਰਵ। ਗੌਰਵ ਕੁਮਾਰ। ਗੌਰਵ ਕੁਮਾਰ। ਤੇਰੇ ਪਿਤਾ ਦਾ ਨਾਂ? ਮੈਂ ਰਾਜੇਸ਼ ਕੁਮਾਰ। ਰਾਜੇਸ਼ ਕੁਮਾਰ। ਤੇਰੀ ਮਾਂ ਦਾ ਨਾਂ? ਰਾਮੇਸ਼ਵਰੀ ਦੇਵੀ। ਰਾਮੇਸ਼ਵਰੀ ਦੇਵੀ। ਤੇਰੇ ਭਰਾ ਦਾ ਨਾਂ? ਰਿਸ਼ਵ। ਰਿਸ਼ਵ। ਤੇਰੀ ਭੈਣ ਦਾ ਨਾਂ? ਖੁਸ਼ੀ। ਖੁਸ਼ੀ। ਅੰਮ੍ਰਿਤਸਰ ਤੇਰਾ ਕੌਣ ਰਹਿੰਦਾ? ਮੇਰੀ ਮਾਸੀ ਰਹਿੰਦੀ ਹੈ। ਮਾਸੀ ਕਿੱਥੇ ਗਏ? ਜੇ ਨਾਲ ਲੈ ਕੇ ਜਾਈਏ ਘਰ ਦੱਸ ਦੇਗਾ? ਹਾਂਜੀ ਦੱਸਦਾ। ਤੇ ਰਾਜਪੁਰੇ ਤੇਰੀ ਮੰਮੀ ਰਹਿੰਦੀ ਆ? ਹਾਂਜੀ। ਠੀਕ ਹੈ। ਸੋ ਸੰਗਤ ਜੀ ਦੇਖੋ, ਬੱਚੇ ਦਾ ਪਰਿਵਾਰ ਵੀ ਆਪਾਂ ਲੱਭਣਾ, ਬਾਕੀ ਇਹਨਾਂ ਲੋਕਾਂ ਨੂੰ ਉਹ ਪਰਮਾਤਮਾ ਹੀ ਸਜ਼ਾ ਦਊਗਾ, ਆਪਾਂ ਕੋਈ ਨਹੀਂ ਦੇ ਸਕਦੇ। ਬਹੁਤ ਸਾਰੀਆਂ ਗੱਲਾਂ ਦੇਖੋ, ਬੱਚਾ ਜੇ ਤੁਸੀਂ ਰੱਖਿਆ ਉਹਨੂੰ ਸਕੂਲੇ ਭੇਜੋ, ਜਦੋਂ ਸਕੂਲੋਂ ਆ ਜੇ ਉਦੋਂ ਕੰਮ ਕਰਾ ਲਓ, ਇਹ ਵੀ ਤਾਂ ਹੋ ਸਕਦਾ। ਬੱਚੇ ਨੂੰ ਉਹਦੇ ਮਨਪਸੰਦ ਦੀਆਂ ਚੀਜ਼ਾਂ ਲੈ ਕੇ ਦਿਓ, ਕੰਮ ਕਰਾ ਲਓ। ਬੱਚੇ ਨੂੰ ਪੂਰੇ ਸਾਈਜ਼ ਦੇ ਕੱਪੜੇ ਲੈ ਕੇ ਦਿਓ, ਕੰਮ ਕਰਾ ਲਓ। ਕੱਪੜੇ ਵੀ ਤੁਹਾਡੇ ਤੋਂ ਨਹੀਂ ਦਿੱਤੇ ਜਾ ਰਹੇ ਲਵ ਵੀਰੇ, ਕੱਪੜੇ ਵੀ ਜਿਹੜੇ ਤੁਹਾਡੇ ਘਰ ਦਿਹਾੜੀਦਾਰ ਵੀਰ ਮਿਹਨਤ ਕਰਦਾ ਆ, ਉਹ ਇੱਕ ਲੋੜ ਸਾਈਜ਼ ਤੋਂ ਵੱਡੇ ਕੱਪੜੇ ਲਿਆ ਕੇ ਦਿੰਦਾ। ਤੇ ਤੂੰ ਕਿਹੜੀ ਚੀਜ਼ ਮੰਗਦਾ ਸੀ ਉਹਨਾਂ? ਮੈਂ ਸਾਈਕਲ ਮੰਗਦਾ ਉਹਨਾਂ ਕੋਲ। ਹਾਂਜੀ ਸਾਈਕਲ ਮੰਗਿਆ ਸੀ। ਸਾਈਕਲ ਕਾਹਦੇ ਲਈ ਮੰਗਦਾ ਸੀ? ਉਹ ਕਹਿੰਦੇ ਮੈਂ ਨਹੀਂ ਸਾਈਕਲ ਕੋਲ ਦੇਣਾ। ਨਹੀਂ ਤੂੰ ਸਾਈਕਲ ਮੰਗਦਾ ਕਾਹਦੇ ਲਈ? ਬੱਚੇ ਦੇਖੋ, ਛੋਟੇ ਬੱਚੇ ਦੀਆਂ ਮਨ ਦੀਆਂ ਭਾਵਨਾਵਾਂ ਹੁੰਦੀਆਂ ਕਿ ਮੇਰੇ ਕੋਲ ਸਾਈਕਲ ਹੋਵੇ, ਕਿਉਂਕਿ ਰੋਣ ਲੱਗ ਗਿਆ। ਕੀ ਗੱਲ ਹੋਈ ਪੁੱਤ? ਕਿਹਦੀ ਯਾਦ ਆਉਂਦੀ?
ਅੱਛਾ ਰਾਤੀ ਪਰਮਾਤਮਾ ਨੂੰ ਹੱਥ ਜੋੜ ਕੇ ਕੀ ਜਾਂਦਾ ਸੀ ਤੂੰ? ਮੰਮੀ ਮਿਲ ਜੇ। ਦੇਖੋ ਬੱਚਾ ਰੋਣ ਲੱਗ ਗਿਆ, ਬੱਚਾ ਉੱਥੇ ਡਰਦਾ ਨਹੀਂ ਸੀ ਕੋਈ ਸੰਗਤ ਜੀ ਬੋਲਦਾ, ਇੱਥੇ ਬਹੁਤ ਕੁਛ ਉਹਨਾਂ ਬਾਰੇ ਬੋਲ ਰਿਹਾ, ਪਰ ਅਸੀਂ ਕੀ ਦੱਸੀਏ। ਬਾਕੀ ਅਸੀਂ ਇਹੀ ਕਹਿੰਦੇ ਹਾਂ ਕਿ ਬੱਚੇ ਦੀਆਂ ਇੱਕ ਆਪਣੀਆਂ ਖੁਆਇਸ਼ਾਂ ਹੁੰਦੀਆਂ, ਐਡੀ ਉਮਰ ਦੇ ਵਿੱਚ ਬੱਚੇ ਲਈ ਸਾਈਕਲ ਜਿਹੜਾ ਹੁੰਦਾ ਨਾ ਉਹ ਜਹਾਜ਼ ਤੋਂ ਵੀ ਵੱਧ ਕੇ ਹੁੰਦਾ, ਪਰ ਇਹ ਗੱਲਾਂ ਸਮਝੂ ਕੌਣ, ਇਹ ਗੱਲਾਂ ਪਰਖੂ ਕੌਣ, ਇਹਦੀ ਜਾਤ ਇਹਦਾ ਧਰਮ ਕੀ ਹੈ? ਛੱਡੋ ਯਾਰ, ਬੱਚਾ ਤਾਂ ਹੈਗਾ ਨਾ। ਇਹ ਗੱਲਾਂ ਕਰਦੇ ਮੇਰੀਆਂ ਅੱਖਾਂ 'ਚ ਪਾਣੀ ਪੈ ਆ ਗਿਆ, ਕਿਉਂਕਿ ਆਪਾਂ ਇਨਸਾਨੀਅਤ ਦੇ ਨਾਲ ਸਾਨੂੰ ਪਰਮਾਤਮਾ ਨੇ ਜੋੜ ਕੇ ਰੱਖਿਆ। ਰੋਣਾ ਨਹੀਂ ਪੁੱਤ, ਮੇਰੀ ਗੱਲ ਕੋ, ਰੋਣਾ ਕੀ ਗੱਲ, ਰੋਣਾ ਕਿਹੜੀ ਗੱਲੋਂ ਪੁੱਤ? ਮੰਮੀ ਦੀ ਯਾਦ ਆਉਂਦੀ, ਮੰਮੀ ਕੋਲ ਜਾਣਾ? ਤੂੰ ਕਦੀ ਉਹਨਾਂ ਨੂੰ ਕਿਹਾ ਨੀ ਮੈਨੂੰ ਮੇਰੀ ਮਾਂ ਕੋ ਭੇਜ ਦੋ? ਕਿਹਾ ਨੀ ਕਦੀ? ਇੱਥੇ ਰਹਿਣਾ? ਅੱਛਾ, ਤੈਨੂੰ ਮਾਰਦੇ ਵੀ ਕਦੀ ਕੋਈ? ਮਾਰ ਦਿੰਦੇ ਕੋਈ ਜਣਾ? ਮਾਰਦੇ? ਚੁੱਪ, ਮੈਂ ਹੈਗਾ ਨਾ ਨਾ ਬਸ। ਸੋ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ, ਬੱਚੇ ਦਾ ਪਰਿਵਾਰ ਲੱਭਣਾ ਜੀ। ਬੱਚਾ ਰੋ ਰਿਹਾ, ਆਪਣੇ ਮਾਂ ਪਿਓ ਕੋਲ ਜਾਣਾ ਚਾਹੁੰਦਾ, ਤੁਸੀਂ ਪਹੁੰਚਾ ਸਕਦੇ ਹੋ, ਤੁਸੀਂ ਪਹੁੰਚਾ ਸਕਦੇ ਹੋ ਬੱਚੇ ਨੂੰ, ਤੁਸੀਂ ਇਹਦੀਆਂ ਉਸ ਭਾਵਨਾਵਾਂ ਨੂੰ ਸਮਝ ਸਕਦੇ ਹੋ ਕਿ ਇੱਕ ਮਾਂ ਦੇ ਕੋਲ ਬੱਚੇ ਨੂੰ ਕੀ ਖੁਸ਼ ਸੁੱਖ ਮਿਲਦਾ। ਜ਼ਰੂਰ ਵੀਡੀਓ ਨੂੰ ਸ਼ੇਅਰ ਕਰਿਓ। ਬਾਕੀ ਆਸ਼ਰਮ ਦੇ ਵਿੱਚ ਸਾਨੂੰ ਰੇਤਾ ਬਜਰੀ ਸੀਮਟ ਦੀ ਲੋੜ ਹੈ, ਕਿਉਂਕਿ ਅਸੀਂ ਹੋਰ ਇੱਕ ਵੱਡਾ ਹਾਲ ਬਣਾ ਰਹੇ ਹਾਂ ਜੀ, ਜਿਹਦੇ ਜਿਹੜੇ ਵੀਰ ਕੁਝ ਕੁ ਵੀਰ ਸਾਨੂੰ ਇਹ ਕਹਿਣਗੇ ਕਿ ਬੱਚੇ ਨੂੰ ਰੋਟੀ ਤਾਂ ਮਿਲਦੀ ਸੀ ਨਾ, ਇਕੱਲੀ ਰੋਟੀ ਮਸਲਾ ਨਹੀਂ ਹੁੰਦੀ। ਜੇ ਕੋਈ ਬੱਚਾ ਰੋਡ ਤੇ ਆਪਣੀ ਮਾਂ ਦੀ ਗੋਦੀ 'ਚ ਪਿਆ ਨਾ, ਉਹ ਸੁੱਖ ਕੀ ਆ ਉਹ ਜਿਹੜੇ ਬੱਚਿਆਂ ਵਾਲੇ ਨੇ ਉਹ ਸਮਝ ਸਕਦੇ ਨੇ, ਨਿਰਦਈ ਜਿਹੜੇ ਨੇ ਉਹ ਨਹੀਂ ਸਮਝਣਗੇ। ਨਿਰਦਈਆਂ ਨੇ ਫਿਰ ਕਹਿ ਦੇਣਾ ਕੀ ਹੋ ਗਿਆ, ਦੁੱਧ ਮਿਲਦਾ ਰੋਟੀ ਮਿਲਦੀ, ਪਰ ਰੋਟੀ ਮਸਲਾ ਨਹੀਂ ਹੁੰਦਾ ਬਾਈ। ਹੋਰ ਵੀ ਬੜੀਆਂ ਖੁਸ਼ੀਆਂ ਹੁੰਦੀਆਂ ਨੇ, ਬੜੇ ਸੁੱਖ ਹੁੰਦੇ ਆ ਇਦਾਂ ਦੇ ਬੱਚੇ ਦੀ ਜ਼ਿੰਦਗੀ ਦੇ ਵਿੱਚ। ਇਹ ਵੀਡੀਓ ਤੁਹਾਡੇ ਤੱਕ ਰੱਖ ਰਹੇ ਹਾਂ ਜੀ ਅਸੀਂ, ਤੇਰਾ ਆਸਰਾ ਸੁਸਾਇਟੀ ਪਿੰਡ ਵੱਲਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ, ਜਿੱਥੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰ ਹੁਣ ਇਸ਼ਨਾਨ ਕਰਕੇ ਅੰਦਰ ਆ ਚੁੱਕੇ ਨੇ। ਹੁਣ ਕੂਲਰ ਜਿਹੜੇ ਪੱਖੇ ਜਾਂ ਚੱਲ ਜਾਣਗੇ, ਕਿਉਂਕਿ ਹੁਣ ਅਸੀਂ ਥੋੜ੍ਹੀ ਦੇਰ ਲਈ ਬੰਦ ਕੀਤੇ ਸੀ ਇਸ ਵੀਡੀਓ ਬਣਾਉਣ ਦੇ ਲਈ। ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ, ਜਿਉਂਦੇ ਵੱਸਦੇ ਰਹੋ, ਤੁਹਾਡੀਆਂ ਦੁਆਵਾਂ ਸਿਰ 'ਤੇ ਤੁਰੇ ਫਿਰਨ ਡੇ ਹਾਂ। ਇਹ ਬੱਚਾ ਮੈਨੂੰ ਅੱਜ ਕਹਿੰਦਾ ਹੈ ਕਿ ਜੀਣਾ ਮਰਨਾ ਵੀ ਤੇਰੇ ਨਾਲ। ਮੇਰੇ ਨਾਲ ਕਿੰਨਾ ਕੁ ਪਿਆਰ ਹੋ ਗਿਆ ਪੁੱਤ? ਜੀਣਾ ਵੀ ਤੇਰੇ ਨਾਲ, ਮਰਨਾ ਵੀ ਤੇਰੇ ਨਾਲ, ਜਿੱਥੇ ਜਾਏਗਾ ਉੱਥੇ ਜਾਊਂਗਾ ਤੇਰੇ ਨਾਲ। ਸਵੇਰ ਦਾ ਮੈਨੂੰ ਇੱਕੋ ਗੱਲ ਕਹੀ ਜਾਂਦਾ ਸਾਨੂੰ ਕਿ ਤੁਹਾਡੇ ਕੋਲ ਬਸ, ਤੁਸੀਂ ਮੇਰਾ ਸਭ ਕੁਛ ਹੋ, ਤੁਸੀਂ ਮੇਰਾ ਹਰ ਰਿਸ਼ਤਾ ਹੋ, ਤੁਸੀਂ ਮੇਰੀ ਜ਼ਿੰਦਗੀ ਜੀ ਹੈ, ਤੁਸੀਂ ਮੇਰੀ ਜ਼ਿੰਦਗੀ ਜੀ, ਤੁਸੀਂ ਮੇਰੀ ਦੁਨੀਆ ਜੀ ਹੈ, ਤੁਸੀਂ ਮੇਰੀ ਦੁਨੀਆ ਜੀ। ਵਾਹ, ਇੱਥੇ ਸੁੱਖ ਹੈ ਨਾ ਤੈਨੂੰ? ਸੁੱਖ ਹੀ ਹੈ। ਸੋ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਹੈ ਜੀ, ਬਹੁਤ ਬਹੁਤ ਮੁਬਾਰਕਾਂ ਜੀ ਸੰਗਤ ਨੂੰ। ਚੜ੍ਹਦੀ ਕਲਾ 'ਚ ਰੱਖੇ ਭੁੱਲਾਂ ਚੁੱਕਾਂ ਦੀ ਖਿਮਾ ਚਾਹੁੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਬੋਲੇ ਸੋਨਿਹਾਰ ਸਤਿ ਸ੍ਰੀ ਅਕਾਲ।